ਦੇਸੀ ਵਾਰ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਹਰਮਨਜੋਤ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੈ ਜੀ, ਮੂਵੀ ਰਿਲੀਜ਼ ਹੋ ਰਹੀ ਹੈ ਕੱਲ ਨੂੰ ਕੁਵੇਲਾ। ਸੋ ਕੁਵੇਲਾ ਮੂਵੀ ਬਿਲਕੁਲ ਡਿਫਰੈਂਟ ਜਾਂ ਕਨਸੈਪਟ ਆ ਜੀ ਮੂਵੀ ਦਾ। ਤੇ ਆਪਣੇ ਨਾਲ ਜੀ ਹੁਣ ਤੋਂ ਠੀਕ ਕੁਛ ਮਿੰਟਾਂ ਤੱਕ ਮੇਰੇ ਨਾਲ ਹੋਣਗੇ ਹਰ ਫਾਰਮਰ ਜੀ, ਨਾਲ ਹੀ ਨਾਲ ਜੀ ਮਿਊਜ਼ਿਕ ਦਿੱਤਾ ਜਿਨ੍ਹਾਂ ਨੇ ਜੀ ਇਸ ਮੂਵੀ ਦਾ, ਗੈਵੀ ਸਿੱਧੂ ਜੀ ਸਿੰਗਰ ਇਸ ਮੂਵੀ ਦੇ ਹੀਰ, ਐਂਡ ਨਾਲ ਹੀ ਨਾਲ ਡਾਇਰੈਕਟਰ ਜਿਹੜੇ ਨੇ ਜਿਨ੍ਹਾਂ ਨੇ ਸਟੋਰੀ ਨੂੰ ਉਲੀਕਿਆ ਵੀ ਆ, ਅਮਨ ਬਰਾੜ ਜੀ ਸਾਡੇ ਨਾਲ ਹੋਣਗੇ। ਸੋ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਇਸ ਮੂਵੀ ਬਾਰੇ ਵੀ, ਇਹ ਕਨਸੈਪਟ ਬਾਰੇ ਕਿੱਦਾਂ ਉਹਨਾਂ ਦੇ ਦਿਮਾਗ ਦੇ ਵਿੱਚ ਆਏਗਾ, ਕਿੱਦਾਂ ਇਹ ਕਨਸੈਪਟ ਤੇ ਉਹਨਾਂ ਨੇ ਵਰਕ ਕੀਤਾ, ਸਾਰੀ ਗੱਲਬਾਤ ਕਰਾਂਗੇ ਜੀ। ਕੀ ਉਮੀਦਾਂ ਨੇ ਇਸ ਫਿਲਮ ਤੋਂ, ਕਿਉਂਕਿ ਜਿਵੇਂ ਕਿ ਤੁਸੀਂ ਟ੍ਰੇਲਰ ਦੇ ਵਿੱਚ ਦੇਖ ਹੀ ਸਕਦੇ ਹੋ ਕਿ ਫਿਲਮ ਦੇ ਵਿੱਚ ਬਹੁਤ ਵੱਡਾ ਸਸਪੈਂਸ ਆ, ਇੱਕ ਸਭ ਤੋਂ ਹਟ ਕੇ ਜਿਹੜੀ ਮੂਵੀ ਜਿਹੜੀ ਆ ਤੁਸੀਂ ਟ੍ਰੇਲਰ ਦੇ ਵਿੱਚ ਦੇਖਿਆ ਗਾ, ਨਾ ਇਹਨੂੰ ਲਵ ਸਟੋਰੀ ਕਹਿ ਸਕਦੇ ਆ, ਨਾ ਇਹਨੂੰ ਕਹਿ ਸਕਦੇ ਆ ਕਿ ਕੋਈ ਏਦਾਂ ਦੀ ਮੂਵੀ ਆ, ਪਰ ਇਹ ਦੇਖਿਆ ਜਾਵੇ ਤਾਂ ਕੁਝ ਲੋਕ ਇਹਨੂੰ ਹਾਰਰ ਮੂਵੀ ਦਾ ਨਾਮ ਜ਼ਰੂਰ ਦੇ ਰਹੇ ਨੇ। ਸੋ ਹੁਣ ਹਾਰਰ ਮੂਵੀ ਹੁੰਦੀ ਆ ਕਿ ਨਹੀਂ ਹੁੰਦੀ, ਦਰਸ਼ਕਾਂ ਦੀ ਜਿਹੜੀ ਆ ਸੋਚ ਤੇ ਖਰੀ ਉਤਰਦੀ ਆ ਕਿ ਨਹੀਂ ਉਤਰਦੀ, ਸੋ ਇਹ ਤਾਂ ਮੂਵੀ ਦੇਖ ਕੇ ਪਤਾ ਲੱਗੂਗਾ। ਸੋ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਸਾਰੀ ਸਟਾਰਕਾਸਟ ਟੀਮ ਦੇ ਨਾਲ। ਤੇ ਲਓ ਜੀ ਆਪਾਂ ਦੇਖਦੇ ਹਾਂ ਜੀ ਪਹਿਲੇ ਆਪਣੇ ਨਾਲ ਕੌਣ ਜੁੜੇ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਆਓ ਫਿਰ ਜੀ ਗੱਲਾਂ ਬਾਤਾਂ ਕਰੀਏ ਤੇ ਪੁੱਛਦੇ ਹਾਂ ਜੀ ਮੂਵੀ ਬਾਰੇ ਗੱਲਾਂ ਬਾਤਾਂ। ਆਓ ਫਿਰ ਜੀ ਗੱਲਾਂ ਬਾਤਾਂ ਕਰੀਏ ਤੇ ਪੁੱਛਦੇ ਹਾਂ ਜੀ ਮੂਵੀ ਬਾਰੇ ਗੱਲਾਂ ਬਾਤਾਂ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੈ ਜੀ, ਗੱਲਬਾਤ ਚੱਲ ਰਹੀ ਹੈ ਜੀ ਨਵੀਂ ਆਉਣ ਵਾਲੀ ਮੂਵੀ, ਯਾਨੀ ਕਿ ਆਉਣ ਵਾਲੀ ਨਹੀਂ ਆ ਗਈ ਮੂਵੀ, ਹੈ ਨਾ, 21 ਅਪ੍ਰੈਲ ਨੂੰ ਜਿਹੜੀ ਰਿਲੀਜ਼ ਹੋਣ ਜਾ ਰਹੀ ਹੈ ਮੂਵੀ ਕੁਵੇਲਾ। ਸੋ ਸਾਡੇ ਨਾਲ ਨੇ ਜੀ ਉਸ ਕੁਵੇਲਾ ਫਿਲਮ ਦੇ ਸਾਰੇ ਸਟਾਰਕਾਸਟ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਇਹ ਡਿਫਰੈਂਟ ਕਨਸੈਪਟ ਬਾਰੇ, ਕਿਹਦੀ ਸੋਚ ਸੀ, ਕਿੱਦਾਂ ਇਹ ਆਈਡੀਆ ਆਇਆਗਾ, ਸਟੋਰੀ ਦੇ ਵਿੱਚ ਸਾਨੂੰ ਜਿਹੜਾ ਸਸਪੈਂਸ ਤੁਸੀਂ ਟ੍ਰੇਲਰ ਦੇ ਵਿੱਚ ਦੇਖ ਸਕਦੇ ਹੋ, ਇਸ ਬਾਰੇ ਜਿਹੜਾ ਆਪਾਂ ਗੱਲਬਾਤ ਕਰਾਂਗੇ। ਸਾਡੇ ਨਾਲ ਪਹਿਲਾਂ ਲਾਈਨ ਦੇ ਉੱਤੇ ਹਾਜ਼ਰ ਨੇ ਹਰ ਫਾਰਮਰ ਜੀ, ਮੈਨੂੰ ਲੱਗਦਾ ਕਿ ਉਹ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈ, ਉਹ ਸਾਡੇ ਨਾਲ ਇਸ ਸਮੇਂ ਜੁੜ ਚੁੱਕੇ ਨੇ। ਪਹਿਲਾਂ ਤਾਂ ਹਰਸ਼ ਜੀ ਤੁਹਾਡਾ ਸਵਾਗਤ ਕਰਦੇ ਹਾਂ ਦੇਸੀ ਵਰਲਡ ਰੇਡੀਓ ਦੇ ਵਿਡੇ ਚ। ਧੰਨਵਾਦ ਜੀ, ਧੰਨਵਾਦ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਜੀ। ਤੇ ਜਨਾਬ, ਗੱਲਬਾਤ ਕਰਨਾ ਚਾਹਾਂਗੇ, ਤੁਸੀਂ ਤੁਹਾਡਾ ਟ੍ਰੇਲਰ ਦੇਖਿਆ ਸੀ ਮੂਵੀ ਕੁਵੇਲਾ ਦਾ, ਬੜਾ ਯੂਨੀਕ ਜਿਹਾ ਕਨਸੈਪਟ ਆ। ਬਾਕੀ ਸਾਰੀਆਂ ਅੱਜ ਕੱਲ ਪੰਜਾਬੀ ਜਿਵੇਂ ਫਿਲਮਾਂ ਆ ਰਹੀਆਂ ਨੇ, ਹਾਸੇ ਠੱਠੇ ਵਾਲੀਆਂ ਆ ਰਹੀਆਂ ਨੇ, ਲਵ ਸਟੋਰੀ ਆ ਰਹੀਆਂ ਨੇ, ਮਤਲਬ ਇਹ ਸਭ ਤੋਂ ਹਟ ਕੇ ਫਿਲਮ ਆ ਰਹੀ ਆ ਕੁਵੇਲਾ। ਸਭ ਤੋਂ ਪਹਿਲਾਂ ਤੁਸੀਂ ਇਹ ਚਾਨਣਾ ਪਾਓ, ਇਹ ਪ੍ਰੋਜੈਕਟ ਕਿਹਨਾਂ ਦਾ ਤੇ ਇਹ ਸਟੋਰੀ ਜਿਹੜੀ ਆ ਇਹ ਕਿਹਨੇ ਲਿਖੀ ਹੈ? ਇਹ ਪ੍ਰੋਜੈਕਟ ਸਾਡਾ ਹੀ ਆ, ਸਾਡੀ ਆਪ ਦੀ, ਮਤਲਬ ਤੁਸੀਂ ਕਹਿ ਸਕਦੇ ਪਹਿਲੀ ਪੰਜਾਬੀ ਇੰਡੀਪੈਂਡੈਂਟ ਫਿਲਮ ਆ, ਮਤਲਬ ਇਹਦੇ ਵਿੱਚ ਕੋਈ ਵੀ ਵੱਡਾ ਪ੍ਰੋਡਕਸ਼ਨ ਹਾਊਸ ਨਹੀਂ ਹੈਗਾ, ਸਾਡੀ ਆਪ ਦੀ ਹੀ ਫਿਲਮ ਬਣਾਈ ਹੋਈ ਆ। ਤੇ ਇਹ ਫਿਲਮ ਲਿਖੀ ਆ ਅਮਨਜੀਤ ਸਿੰਘ ਬਰਾੜ ਨੇ, ਜਿਹਨਾਂ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਆ ਜੀ, ਉਹਨਾਂ ਦੀ ਫਿਲਮ ਲਿਖੀ ਹੋਈ ਆ, ਸਕ੍ਰਿਪਟ ਵੀ ਉਹਨਾਂ ਦੀ ਆ, ਹਾਂਜੀ ਸਾਰਾ ਕੁਝ ਉਹਨਾਂ ਦਾ ਹੀ ਆ। ਹਾਂਜੀ ਜੀ ਜੀ। ਤਾਂ ਇਹਦੇ ਵਿੱਚ ਮੈਂ ਇਹ ਵੀ ਦੇਖ ਰਿਹਾ ਸੀਗਾ ਕਿ ਜਿਆਦਾ ਨਾਮਵਰ ਕਲਾਕਾਰਾਂ ਦੇ ਨਹੀਂ, ਤੁਸੀਂ ਜਿਹੜੇ ਥੀਏਟਰ ਆਰਟਿਸਟ ਨੇ ਉਹਨਾਂ ਨੂੰ ਜਿਆਦਾ ਇਸ ਫਿਲਮ ਦੇ ਵਿੱਚ ਮੌਕਾ ਦਿੱਤਾ ਗਿਆ ਹੈਗਾ? ਹਾਂਜੀ, ਕਿਉਂਕਿ ਪੰਜਾਬ ਦੇ ਵਿੱਚ ਇੱਕ ਦੁਖਾਂਤ ਹੈ ਜੀ, ਪੰਜਾਬ ਦਾ ਜਿਹੜੇ ਥੀਏਟਰ ਦੇ ਕਲਾਕਾਰ ਹੁੰਦੇ ਨੇ ਉਹਨਾਂ ਨੂੰ ਕਦੇ ਉਹਦਾ ਕੋਲੋਂ ਆਡੀਸ਼ਨ ਲਏ ਜਾਂਦੇ ਨੇ ਜੀ, ਜਿਹੜਾ ਬੰਦਾ ਮਤਲਬ ਜਿਹੜਾ ਨਵਾਂ ਆ ਰਿਹਾ ਉਹਦੇ ਕੋਲ ਕਦੇ ਜਿਹਨੂੰ ਐਕਟਿੰਗ ਵੀ ਨਹੀਂ ਆਉਂਦੀ ਉਹਨੂੰ ਆਡੀਸ਼ਨ ਨਹੀਂ ਲਿਆ ਜਾਂਦਾ, ਉਹਨੂੰ ਏਦੀ ਸ਼ਕਲ ਦੇਖ ਕੇ ਲਿਆ ਜਾਂਦਾ, ਜਦਕਿ ਥੀਏਟਰ ਆਰਟਿਸਟ ਨੂੰ ਆਡੀਸ਼ਨ ਲਿਆ ਜਾਂਦਾ। ਮੁਹਤਾਜ ਮਤਲਬ ਕਿੰਨਾ ਦੁਖਾਂਤ ਹੈ ਪੰਜਾਬ ਦਾ ਕਿ ਅਸੀਂ ਸਾਨੂੰ ਅਸੀਂ ਇਸ ਫਿਲਮ ਚ ਕਿਸੇ ਦਾ ਨੀ ਆਡੀਸ਼ਨ ਲਿਆ ਜੀ। ਜੀ ਜੀ ਜੀ, ਓਕੇ। ਹਾਂ, ਅਸੀਂ ਸਾਰੇ ਥੀਏਟਰ ਆਰਟਿਸਟ ਲਏ, ਇਵਨ ਮੈਨੂੰ ਵੀ ਥੋੜਾ ਬਹੁਤ ਸਿੱਖਣਾ ਪਿਆ, ਮੇਰੇ ਦੋਸਤ ਸੀ ਕਿਉਂਕਿ ਜਦੋਂ ਨਾਲ 5-6 ਸਾਲ ਤੋਂ ਮੈਂ, ਮੇਰੇ ਦੋਸਤ ਜਿਹੜੇ ਨੇ ਜਿਹਨਾਂ ਨੇ ਬਣਾਈ ਆ, ਜੋ ਮੈਨੂੰ ਸਿਖਾ ਰਹੇ ਨੇ ਕਿ ਇੱਕ ਹੋਰ ਇਸ ਫਿਲਮ ਦੇ ਵਿੱਚ ਕੀ ਖਾਸੀਅਤ ਆ, ਕਿ ਤੁਸੀਂ ਫਿਲਮ ਦੇ ਵਿੱਚ ਇਹ ਉਹ ਪੰਜਾਬੀ ਫਿਲਮਾਂ ਜਦੋਂ ਪੰਜਾਬੀ ਸਿਨੇਮੇ ਵਿੱਚ ਕੀ ਆ, ਹਮੇਸ਼ਾ ਲਾਊਡ ਐਕਟਿੰਗ ਕੀਤੀ ਜਾਂਦੀ, ਲਾਊਡ ਹੁੰਦਾ ਹਮੇਸ਼ਾ, ਹਰ ਚੀਜ਼ ਲਾਊਡ ਵਿੱਚ ਹੁੰਦੀ ਆ, ਹਨਾ। ਇਹਦੇ ਵਿੱਚ ਜਮਾ ਹੀ ਲਾਊਡ ਨੀ ਹੈਗਾ, ਜਿਵੇਂ ਮੈਂ ਹੁਣ ਤੁਹਾਡੇ ਨਾਲ ਗੱਲਾਂ ਕਰ ਰਿਹਾ ਆ, ਹਨਾ, ਐਵੇਂ ਹੀ ਤੁਸੀਂ ਕਹੋਗੇ ਕਿ ਆਮ ਜਿਹੀਆਂ ਗੱਲਾਂ ਕਰ ਰਹੇ ਹੋ, ਕਿਤੇ ਵੀ ਕੋਈ, ਮੈਂ ਕਹਿੰਦਾ ਇਹ ਤੇ ਇਹ ਵੀ ਕਹਿ ਸਕਦਾ ਯਾਰ ਇਹ ਤਾਂ ਉਹੀ ਗੱਲਾਂ ਮਾਰੀ ਜਾਂਦੇ ਆ। ਅੱਛਾ, ਹਾਂ, ਮਤਲਬ ਐਵੇਂ ਨੀ, ਕੋਈ ਕਰਾਇਕ ਹੁੰਦਾ ਨਾ ਐਕਟਿੰਗ ਕਰਦੇ ਕਰੋੜ ਕਰੋੜ ਕੇ ਡਾਇਲੋਗ ਬੋਲਦੇ, ਉਵੇਂ ਨੀ ਹੈਗਾ, ਫਲੈਟ ਜਿਹਨੂੰ ਮੈਂ ਫਲੈਟ ਕਹਿ ਸਕਦਾ, ਫਲੈਟ ਜਿਹਾ ਕੀਤਾ ਹੋਇਆ, ਮਤਲਬ ਸਿੰਪਲ, ਮਤਲਬ ਬੋਲ ਰਹੇ ਨੇ ਜਿਵੇਂ ਆਮ ਗੱਲਾਂ ਜੀ ਕਰ ਰਹੇ ਨੇ, ਉਵੇਂ ਹੀ ਐਕਟਿੰਗ ਆ, ਉਵੇਂ ਹੀ ਐਕਟਿੰਗ ਕਰਾਈ ਗਈ ਹੈ ਸਾਰਿਆਂ ਕੋਲੋਂ। ਓਕੇ, ਤਾਂ ਮੈਂ ਦੇਖ ਰਿਹਾ ਸੀ ਕਿ ਜਿਹੜਾ ਟ੍ਰੇਲਰ ਤੁਹਾਡਾ ਯੂਟਿਊਬ ਦੇ ਉੱਤੇ, ਜਿਹੜਾ ਕਾਫੀ ਲੋਕਾਂ ਵੱਲੋਂ ਇਹ ਜਿਹੜਾ ਕਨਸੈਪਟ ਪਸੰਦ ਕੀਤਾ ਜਾ ਰਿਹਾ ਹੈਗਾ, ਦੇਖੋ ਟ੍ਰੇਲਰ ਦੇ ਵਿੱਚ ਦੇਖਿਆ ਜਾਵੇ ਤਾਂ ਲੱਗ ਰਿਹਾ ਕਿ ਹਾਰਰ ਮੂਵੀ ਜਿਹੜੀ ਹੈ, ਹਾਰਰ ਟਾਈਪ ਹੋਊਗਾ, ਤੁਸੀਂ ਕੀ ਕਹਿਣਾ ਚਾਹੋਗੇ, ਕਿੱਦਾਂ ਦੀ ਸਟੋਰੀ ਹੋਊਗੀ, ਸਾਨੂੰ ਕਿੱਦਾਂ ਦੀ ਸਟੋਰੀ ਦੇਖਣ ਨੂੰ ਮਿਲੂ? ਨਹੀਂ, ਹਾਰਰ ਥੋੜਾ ਜਿਹਾ ਪਾਰਟ ਹੈਗਾ ਵਿੱਚ, ਓਕੇ, ਪਰ ਸਾਰੀ ਹਾਰਰ ਨਹੀਂ ਹੈਗੀ। ਓਕੇ, ਮਤਲਬ ਇੱਕ ਪਿੰਡ ਦੀ ਕਹਾਣੀ ਆ, ਪੰਜਾਬ ਦੇ ਪਿੰਡ ਦੀ ਕਹਾਣੀ ਆ, ਨਾ ਇਹਦੇ ਵਿੱਚ ਬਸ ਇੱਕ ਇਹ ਵੀ ਆ ਕਿ ਇਹਦੇ ਵਿੱਚ ਕੋਈ ਸਮਾਂ ਨੀ ਦਿਖਾਇਆ, ਕਿਉਂਕਿ ਇਹ ਕਿਹੜੇ ਦੌਰ ਦੀ ਆ, ਮਤਲਬ ਇਹ ਸਟੋਰੀ ਉਹ ਆ
ਜਿਹੜੀ ਤੁਹਾਨੂੰ ਮਤਲਬ ਹਮੇਸ਼ਾ ਤੋਂ ਹੀ ਮਤਲਬ ਪੰਜਾਬ ਦੇ ਵਿੱਚ ਹਰੇਕ ਪਿੰਡ ਚ ਹੁੰਦੀ ਹੋਊਗੀ, ਜਿਹੜਾ ਕੋਈ ਪਿੰਡ ਚ ਰਹਿੰਦਾ ਆ ਉਹਨੂੰ ਜਦੋਂ ਉਹ ਦੇਖੂਗਾ ਪੂਰੀ ਫਿਲਮ ਉਹ ਕਹੂਗਾ ਕਿ ਇਹ ਸਾਡੇ ਨਾਲ ਵੀ ਹੋਇਆ, ਇਹ ਇਸ ਪਿੰਡ ਵੀ ਹੁੰਦਾ ਸੀਗਾ, ਅਸੀਂ ਇੱਥੇ ਵੀ ਸੁਣਦੇ ਹੁੰਦੇ ਸੀ ਇਹ ਗੱਲਾਂ, ਉੱਥੇ ਵੀ ਸੁਣਦੇ ਹੁੰਦੇ ਸੀਗੇ, ਇਵਨ ਮੈਂ ਬਾਹਰ ਸੀਗਾ ਆਸਟ੍ਰੇਲੀਆ 'ਚ ਉੱਥੇ ਵੀ ਇਹ ਗੱਲਾਂ ਸੀਗਾ। ਮਤਲਬ ਇਹ ਤੁਹਾਡੇ ਮਨੁੱਖਤਾ ਦੀਆਂ ਗੱਲਾਂ, ਮਤਲਬ ਮਤਲਬ ਇਹਦੇ ਚ ਭੂਤ ਪ੍ਰੇਤ ਦੀ ਗੱਲ ਹੈਗੀ ਆ, ਭੂਤ ਪ੍ਰੇਤ ਤੁਹਾਡੇ ਮਨਾਂ ਦੇ ਭੂਤ ਪ੍ਰੇਤ, ਜਿਹੜਾ ਮੰਨੇ ਬੰਦੇ ਦੇ ਮਨ ਦਾ ਵਹਿਮ ਹੁੰਦਾ ਉਹਦੀ ਗੱਲ ਕੀਤੀ ਹੋਈ ਹੈ ਜੀ। ਓਕੇ ਓਕੇ, ਸੋ ਹਾਂਜੀ, ਸੋ ਇਹ ਕਹਿਣਾ ਮਤਲਬ ਵੀ ਇਹ ਕਦੋਂ ਤੋਂ ਆਈਡੀਆ ਆਇਆ ਤੁਹਾਡੇ ਦਿਮਾਗ ਦੇ ਵਿੱਚ ਵੀ ਯਾਰ ਏਦਾਂ ਦੇ ਕਨਸੈਪਟ ਦੇ ਉੱਤੇ ਫਿਲਮ ਬਣਨੀ ਚਾਹੀਦੀ ਹੈ, ਕਿਉਂਕਿ ਅੱਜ ਕੱਲ ਹਰੇਕ ਕੋਈ ਪੈਸੇ ਵੱਲ ਭੱਜ ਰਿਹਾ, ਐਂਟਰਟੇਨਮੈਂਟ ਵੱਲ ਭੱਜ ਰਿਹਾ ਵੀ ਮੂਵੀ ਕਰੀਏ ਹਿੱਟ ਹੋਵੇ ਸੁਪਰ ਹਿੱਟ ਜਾਵੇ, ਪਰ ਮੈਨੂੰ ਲੱਗਦਾ ਕਿ ਏਦਾਂ ਦੇ ਕਨਸੈਪਟ ਦੇ ਉੱਤੇ ਪਹਿਲਾਂ ਤਾਂ ਸੋਚਣਾ ਉਹਦੇ ਉੱਤੇ ਫਿਲਮ ਉਲੀਕਣੀ ਬਹੁਤ ਵੱਡੀ ਗੱਲ ਆਪਸ ਦੇ ਵਿੱਚ ਹੀ, ਤੇ ਤੁਸੀਂ ਜਿਹੜਾ ਹੈਗਾ ਸੀ ਸਭ ਤੋਂ ਪਹਿਲਾਂ ਆਈਡੀਆ ਤੁਹਾਡਾ ਦਿਮਾਗ ਦੇ ਵਿੱਚ ਕਦੋਂ ਆਇਆ ਸੀ? ਮੇਰਾ ਆਈਡੀਆ ਨਹੀਂ ਹੈਗਾ ਜੀ, ਮੇਰੇ ਦੋਸਤ ਦਾ ਹੀ ਆ, ਡਾਇਰੈਕਟਰ ਜਿਹੜਾ ਹੈ ਉਹਦਾ ਹੀ ਆਈਡੀਆ, ਸੋ ਮੇਰਾ ਟੇਸਟ ਉਹਦੇ ਨਾਲ ਮਿਲਦਾ, ਸੋ ਉਹਨੂੰ ਪਤਾ ਹੈ ਕਿ ਇਹ ਕੰਮ ਕਰ ਸਕਦਾ ਤਾਂ ਅਸੀਂ ਕੀਤਾ, ਸ਼ੁਰੂ ਕੀਤਾ ਤਾਂ ਨੇਪਰੇ ਚਾੜਿਆ, ਬਸ ਹੋਰ ਨੀ ਕੁਛ ਜੀ। ਓਕੇ ਓਕੇ, ਸੋ ਯਾਨੀ ਕਿ ਬਾਕੀ ਜੋ ਮੂਵੀ ਦਾ ਸਸਪੈਂਸ ਆ ਜਿਹੜਾ 21 ਅਪ੍ਰੈਲ, ਮਤਲਬ ਇਹ ਕਿ ਤੁਸੀਂ ਕਹਿ ਸਕਦੇ ਸਸਪੈਂਸ ਵੀ ਇਸ ਫਿਲਮ ਦੇ ਵਿੱਚ, ਮਰਡਰ ਮਿਸਟਰੀ ਤੋਂ ਸ਼ੁਰੂ ਹੁੰਦੀ ਆ ਫਿਲਮ ਇੱਕ, ਤੇ ਉਹਨੂੰ ਉਹਦੇ ਲਈ ਪੰਜਾਬ ਪੁਲਿਸ ਦਾ ਪੋਜ਼ਿਟਿਵ ਪੱਖ ਦਿਖਾਇਆ, ਪੰਜਾਬ ਪੁਲਿਸ ਇੱਕ ਪੁਲਿਸ ਆ ਕਿਰਦਾਰ ਨੇ ਜਿਹੜਾ ਇੱਕ ਪਿੰਡ ਵਾਲਿਆਂ ਨੂੰ ਬਚਾਉਣ ਦੇ ਲਈ ਆਪਣੇ ਆਪ ਦੀ ਜਾਨ ਵਾਰ ਦਿੰਦੇ ਨੇ, ਐਵੇਂ ਸਟੋਰੀ ਆ, ਉਹ ਜਾਨ ਵਾਰ ਜਾਂਦੇ ਨੇ, ਵਾਰ ਵੀ ਦਿੰਦੇ ਨੇ ਪਿੰਡ ਵਾਲਿਆਂ ਨੂੰ ਬਚਾਉਣ ਦੇ ਲਈ, ਤੇ ਐਵੇਂ ਇਹ ਸਟੋਰੀ ਆ ਵੱਧਦੀ, ਅਖੀਰ ਵਿੱਚ ਜਾ ਕੇ ਇੱਕ ਡਰੀਮ ਰਹਿ ਜਾਂਦੀ ਹੈ, ਮਤਲਬ ਇੱਕ ਉਹ ਅਖੀਰ ਵਿੱਚ ਪਤਾ ਲੱਗਦਾ ਕਿ ਇੱਕ ਡਰੀਮ ਹੈ, ਮਤਲਬ ਐਵੇਂ ਕੁਛ ਕਹਿ ਸਕਦੇ ਹਾਂ ਤੁਸੀਂ, ਫਿਕਸ਼ਨ ਵੀ ਆ ਦੇਣ, ਫਿਲਮ ਹੈਗੀ ਫਿਕਸ਼ਨ ਪਰ ਇਹਦੇ ਵਿੱਚ ਜੋ ਗੱਲਾਂ ਨੇ ਉਹ ਰੀਅਲਿਸਟਿਕ ਨੇ, ਇਹਦੇ ਵਿੱਚ ਕੋਈ ਭੂਤ ਪ੍ਰੇਤ ਨਹੀਂ ਹੈਗਾ, ਰੀਅਲਿਸਟਿਕ ਨੇ ਜੋ ਵੀ ਨੇ, ਰੀਅਲਿਸਟ ਮਤਲਬ ਫਿਕਸ਼ਨ ਗੱਲਾਂ ਨੇ ਪਰ ਜੋ ਵੀ ਹੈਗਾ ਰੀਅਲ ਦੇ ਨਾਲ ਆ, ਮਤਲਬ ਇਹਦੇ ਚ ਇਹ ਨੀ ਹੈਗਾ ਕੋਈ ਸੁਪਰ ਨੈਚੁਰਲ ਥਿੰਗਸ ਦਿਖਾਈਆਂ ਹੋਈਆਂ ਆ, ਉਹ ਕੁਛ ਨਹੀਂ ਹੈਗਾ ਇਹਦੇ ਚ। ਜੀ ਜੀ, ਤੇ ਅੱਜ ਦੇ ਦੌਰ ਦੀਆਂ ਫਿਲਮਾਂ ਨਾਲ ਤੇ ਇਸ ਫਿਲਮ ਨਾਲ ਤੁਸੀਂ ਕਿੰਨਾ ਕੰਪੀਟੀਸ਼ਨ ਮੰਨੋਗੇ? ਕੰਪੀਟੀਸ਼ਨ ਦੇਖੋ ਤੁਸੀਂ, ਕੰਪੀਟੀਸ਼ਨ ਸਾਨੂੰ ਇੱਕ ਇੱਕ ਸ਼ੋਅ ਮਿਲਿਆ ਸਾਰਾ, ਸਾਨੂੰ ਇੱਕ ਸ਼ੋਅ ਮਿਲਿਆ ਸਾਰਾ ਸਾਰਾ ਕੱਲ ਨੂੰ, ਮਤਲਬ ਹੁਣ ਸਾਨੂੰ ਮਿਲੇ ਸੀ ਸ਼ੋਅ ਲਿਸਟ ਮਿਲੀ ਆ ਸਿਨੇਮਾ ਦੀ, ਇੱਕ ਇੱਕ ਸ਼ੋਅ ਆ ਰਹੇ ਥਾਂ ਤੇ ਪੰਜਾਬ ਦੇ, ਪਰ ਏਦਾਂ ਕਿਉਂ? ਮਤਲਬ ਕਿ ਸਾਡੇ ਚਾਹੁੰਦੇ ਨੀ ਡਿਸਟ੍ਰੀਬਿਊਟਰ ਜਾਂ ਸਾਡੇ ਪੰਜਾਬੀ ਪਬਲਿਕ ਨੀ ਚਾਹੁੰਦੇ? ਡਿਸਟ੍ਰੀਬਿਊਟਰ ਨਹੀਂ, ਡਿਸਟ੍ਰੀਬਿਊਟਰ ਪੰਜਾਬ ਦੀ ਆਡੀਅੰਸ ਹੀ ਕਿਸੇ ਚੀਜ਼ ਨੂੰ ਹੋਰ ਨੂੰ ਪਸੰਦ ਕਰਦੀ ਆ, ਕਹਿੰਦੇ ਆ ਕਦੀ ਸਿਨੇਮਾ ਪਰ ਉਹ ਪਸੰਦ ਕਿਸੇ ਹੋਰ ਚੀਜ਼ ਨੂੰ ਆ, ਤੇ ਹੁਣ ਕੀ ਕਹਿ ਸਕਦੇ ਜੀ। ਸੋ ਕਹਿਣ ਦਾ ਮਤਲਬ ਵੀ ਹਜੇ ਜਿਹੜਾ ਹੈਗਾ ਸ਼ੋਅ ਵਾਲੇ ਪਾਸੇ ਦੇਖਿਆ ਜਾਵੇ ਤਾਂ ਥੋੜੇ ਇੰਨਾ ਜ਼ਰੂਰ ਇੰਨਾ ਹਾਂਜੀ, ਇੱਕ ਸ਼ੋਅ ਆ ਜੀ, ਤੁਸੀਂ ਇੱਕ ਸ਼ਹਿਰ ਵਿੱਚ ਸਿਰਫ ਇੱਕ ਹੀ ਸ਼ੋਅ ਆ। ਓਕੇ ਠੀਕ ਹੈ, ਹੁਣ ਇੱਕ ਸ਼ਹਿਰ ਵਿੱਚ ਇੱਕ ਸਿਨੇਮੇ ਵਿੱਚ ਸਿਰਫ ਇੱਕ ਸ਼ੋਅ ਆ, ਹੁਣ ਜਿਵੇਂ ਪੰਜਾਬ ਜਲੰਧਰ ਆ, ਜਲੰਧਰ ਦੇ ਵਿੱਚ 3 ਮਲਟੀਪਲੈਕਸ ਨੇ ਜੀ, ਤੇ ਉਹਦੇ ਵਿੱਚ ਸਿਰਫ ਇਹ ਉਹਦੇ ਵਿੱਚ ਜਿਵੇਂ ਪੰਜਾਬੀ ਫਿਲਮ ਕੋਈ ਲੱਗੀ ਹੋਊਗੀ ਉਹਦੇ 8-10 ਸ਼ੋਅ ਨੇ ਜੀ ਜੀ, ਸਾਡੀ ਦੇ ਸਿਰਫ ਇੱਕ ਹੀ ਆ, ਉਹ ਵੀ ਜਲੰਧਰ ਪੂਰੇ ਚ ਇੱਕ ਆ, ਉਹ ਤਿੰਨ ਸਿਨੇਮੇ ਮਲਟੀਪਲੈਕਸ ਵੀ ਨੀ ਹੈਗੇ, ਤਿੰਨਾਂ ਚ ਮਤਲਬ ਕਿਤੇ ਇੱਕ ਲੱਗੂਗੇ 30-40 ਆ, ਸਾਡਾ ਸਿਰਫ ਇੱਕ ਚ ਹੀ ਇੱਕ ਆ। ਕੀ ਸ਼ੋਅ ਨਾਮ ਕੀ ਸ਼ੋਅ ਨਾਮ ਮਿਲਣ ਦੀ ਵਜ੍ਹਾ ਇਹ ਵੀ ਹੋ ਸਕਦੀ ਹੈ ਵੀ ਇਹਦੇ ਵਿੱਚ ਨਾਮਵਰ ਕਲਾਕਾਰ ਨੀ? ਨਹੀਂ, ਨਾਮਵਰ ਕਲਾਕਾਰ ਨੀ, ਮਤਲਬ ਉਹ ਕੰਟੈਂਟ ਨੇ, ਉਹਨਾਂ ਨੂੰ ਪਤਾ ਕਿ ਉਹ ਜਿਹੜੇ ਮਲਟੀਪਲੈਕਸ ਨੇ ਉਹ ਬਿਜ਼ਨਸ ਦੇਖ ਰਹੇ ਨੇ, ਉਹਨਾਂ ਨੂੰ ਬਿਜ਼ਨਸ ਕਿੱਥੋਂ ਆਉਣਾ ਆ, ਬੇਸਿਕਲੀ ਉਹਨਾਂ ਨੂੰ ਬਿਜ਼ਨਸ ਤੱਕ ਮਤਲਬ ਹੁੰਦਾ, ਉਹ ਵਪਾਰੀ ਲੋਕ ਨੇ, ਪਰ ਉਹਨਾਂ ਨੂੰ ਉਹੀ। ਪਰ ਕਹਿ ਸਕਦੇ ਹੋ ਸਕਦਾ ਕਿ ਜਿਹੜੀ ਇਹ ਮੂਵੀ ਹੈ ਜਿਹੜੇ ਵੀ ਦੇਖਣ ਜਾਣ, ਹੋ ਸਕਦਾ ਕਿ ਇਤਿਹਾਸ ਹੀ ਬਦਲ ਕੇ ਰੱਖ ਦੇਵੇ, ਲੋਕਾਂ ਨੂੰ ਕੰਸੈਪਟ ਹੀ ਬਹੁਤ ਪਸੰਦ ਆਵੇ। ਨਹੀਂ ਹਾਂਜੀ, ਮੈਂ ਮਤਲਬ ਮੈਂ ਤਾਂ ਇਹ ਇੱਥੋਂ ਤੱਕ ਗੱਲ ਕਹਿ ਦਿੰਦਾ ਕਿ ਅੱਜ ਤੱਕ ਸਾਰੇ ਇਹ ਫਿਲਮਾਂ ਜਦੋਂ ਬਣਾਉਂਦੇ ਪੰਜਾਬੀ ਫਿਲਮਾਂ, ਹੁਣ ਤੱਕ ਮੈਂ ਜਿੰਨੀਆਂ ਵੀ ਦੇਖੀਆਂ ਆ, ਉਹ ਕਹਿੰਦੇ ਨੇ ਕਿ ਅਸੀਂ ਵੱਖਰੀ ਫਿਲਮ ਬਣਾਈ ਆ, ਵੱਖਰੀ ਫਿਲਮ ਬਣਾਈ ਆ, ਮਤਲਬ ਰੀਲ ਵਾੜੇ, ਪਰ ਤੁਸੀਂ ਜਦੋਂ ਇਹ ਫਿਲਮ ਦੇਖੋਗੇ ਵੀ ਸਾਰੇ ਕਹੋਗੇ, ਜਿਹੜੇ ਦੇਖੋਗੇ ਕਹੋਗੇ ਕੀ ਕਰ ਦਿੱਤਾ ਇਹਨਾਂ ਨੇ, ਮਤਲਬ ਕਦੀ ਵੀ ਇਸ ਤਰ੍ਹਾਂ ਦੀ ਫਿਲਮ ਨੀ ਕਦੇ ਵੀ ਬਣੀ, ਕਦੇ ਵੀ ਨੀ। ਓਕੇ ਓਕੇ ਓਕੇ, ਮਤਲਬ ਇਸ ਤੇਜ਼ ਇਸ ਜਾਨਰ ਦੀ ਕਦੇ ਪੰਜਾਬੀ ਚ ਨੀ ਫਿਲਮ ਬਣੀ। ਜੀ ਜੀ, ਚਲੋ ਉਮੀਦ ਕਰਦੇ ਹਾਂ ਜੀ ਕਿ 21 ਤਰੀਕ ਨੂੰ, 21 ਅਪ੍ਰੈਲ ਨੂੰ ਜਿਹੜੀ ਮੂਵੀ ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੀ, ਜਿਹੜੇ ਜਿੰਨੇ ਵੀ ਸ਼ੋਅ ਮਿਲੇ ਨੇ ਉਹ ਸਾਰੇ ਹਾਊਸਫੁੱਲ ਜਾਣ, ਸੁਪਰ ਡੁਪਰ ਹਿੱਟ ਜਾਣ, ਤੇ ਜਿਹੜੇ ਕੈਨੇਡਾ ਅਮਰੀਕਾ ਚ ਆਪਾਂ ਨੂੰ ਆਊਟ ਆਫ ਇੰਡੀਆ ਜਿਹੜਾ ਸੁਣਿਆ ਜਾ ਰਿਹਾ ਹੈਗਾ, ਸੋ ਉੱਥੇ ਵੀ ਕਿਤੇ ਸ਼ੋਅ ਹੈਗੇ ਨੇ? ਨਹੀਂ ਉੱਥੇ ਨੀ, ਸਿਰਫ ਇੱਥੇ ਸਾਡੇ ਕੋਲ ਡਿਸਟ੍ਰੀਬਿਊਟਰ ਹੈ ਨੀ ਸੀਗੀ ਓਵਰਸੀਜ਼ ਦੇ ਵਿੱਚ, ਕਿਉਂਕਿ ਸਾਡੀ ਲੋ ਬਜਟ ਫਿਲਮ ਹੈ ਇੱਕ ਤਰ੍ਹਾਂ ਦੀ। ਚਲੋ ਬਹੁਤ ਹੀ ਲੋ ਬਜਟ ਆ, ਸੋ ਤਾਂ ਕਰਕੇ ਇੱਕ ਵਾਰੀ ਮਿਸ ਕਰ ਜਾਣਗੇ ਜੀ, ਬਾਕੀ ਚਲੋ ਕੋਈ ਗੱਲ ਨਹੀਂ, ਜਲਦੀ ਤੁਹਾਨੂੰ ਹਾਂਜੀ ਅਸੀਂ ਟਰਾਈ ਕਰਾਂਗੇ, ਇਸ ਤੋਂ ਬਾਅਦ ਮਤਲਬ ਜਦੋਂ ਇੱਥੇ ਲੱਗ ਜੂਗੀ ਉਸ ਤੋਂ ਬਾਅਦ ਅਸੀਂ ਬਾਹਰ ਓਵਰਸੀਜ਼ ਕਰਨ ਦੀ ਕੋਸ਼ਿਸ਼ ਕਰੀਏ। ਜੀ ਸੋ ਹਾਂਜੀ, ਸੋ ਆਪਣੀ ਆਵਾਜ਼ ਦੇ ਵਿੱਚ ਤੁਸੀਂ ਜਿਹੜੇ ਆਪਾਂ ਨੂੰ ਲਾਈਵ ਸੁਣ ਰਹੇ ਨੇ ਇਸ ਸਮੇਂ ਰੇਡੀਓ ਦੇ ਥਰੂ, ਤੁਸੀਂ ਆਪਣੇ ਵੱਲੋਂ ਇੱਕ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹੋ ਫਿਲਮ ਦੇਖਣ ਬਾਰੇ ਤਾਂ ਜ਼ਰੂਰ ਕਰ ਸਕਦੇ ਹੋ ਜਨਾਬ। ਹਾਂਜੀ, ਮੈਂ ਇਹੀ ਕਹੂੰਗਾ ਜਿਹੜੇ ਵੀ ਸੱਜਣ ਮਿੱਤਰ ਸੁਣ ਰਹੇ ਨੇ ਬਾਹਰ ਸੁਣ ਰਹੇ ਨੇ ਤੇ ਜਿਹੜੇ ਇੱਥੇ ਵੀ ਸੁਣ ਰਹੇ ਨੇ, ਉਹਨਾਂ ਨੂੰ ਇਹੀ ਨਿਮਰਤਾ ਸਾਹਿਬ ਬੇਨਤੀ ਆ ਵੀ ਇੱਕ ਵਾਰ ਜ਼ਰੂਰ ਦੇਖਣ ਫਿਲਮ,
ਮਤਲਬ ਤੁਸੀਂ ਕਹੋਗੇ ਕਿ ਕੋਈ ਫਿਲਮ ਆ ਦੇਖਣ ਲੈ, ਕੋਈ ਫਿਲਮ ਆਈ ਆ ਤੇ ਪੰਜਾਬ ਦਿਖਾਇਆ, ਰਗੜ ਜਿਹਾ ਪੰਜਾਬ ਦਿਖਾਇਆ ਹੋਇਆ ਆ, ਸੋ ਜ਼ਰੂਰ ਦੇਖਣਾ ਇੱਕ ਵਾਰ। ਬਿਲਕੁਲ ਜੀ ਜੀ ਬਿਲਕੁਲ ਬਿਲਕੁਲ, ਤੇ ਆਪਣੇ ਨੇੜੇ ਦੇ ਸਿਨੇਮਾ ਘਰ ਵਿੱਚ ਜਿੱਥੇ ਵੀ ਮੂਵੀ ਦਾ ਸ਼ੋ ਲੱਗੂ ਤੁਸੀਂ ਜ਼ਰੂਰ ਦੇਖਣ ਜਾਣੀ ਆ, ਕੱਲੇ ਨੇ ਜਾਣਾ ਜੀ, ਸਾਰਿਆਂ ਨੇ ਨਾਲ ਰਲ ਕੇ ਜਾਣਾ। ਵੈਸੇ ਵੀ ਡਰਾਉਣੀਆਂ, ਵੈਸੇ ਵੀ ਅਸੀਂ ਕਹਿੰਦੇ ਡੋਨਟ ਗੋ ਅਲੋਨ, ਡੋਨਟ ਗੋ ਅਲੋਨ, ਇੱਕ ਵਾਰ ਜ਼ਰੂਰ ਦੇਖਣੀ ਹੈ ਜੀ, ਇੱਕ ਵਾਰ ਜ਼ਰੂਰ ਬਿਲਕੁਲ 21 ਅਪ੍ਰੈਲ ਨੂੰ ਜ਼ਰੂਰ, ਕਹਿੰਦੇ ਸਾਰਿਆਂ ਨੇ ਜਾਣਾ ਤੇ ਮੂਵੀ ਦੇਖ ਕੇ ਆਪਣੇ ਰਿਵਿਊ ਦੇਣਾ ਨਾ ਭੁੱਲਿਓ ਜੀ, ਤੇ ਬਾਕੀ ਸੋ ਬਾਕੀ ਜਿਹੜਾ ਹੈਗਾ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ ਕਿ ਮੂਵੀ ਸੁਪਰ ਡੁਪਰ ਹਿੱਟ ਜਾਵੇ, ਤੇ ਆਪਣਾ ਟਾਈਮ ਕੀਤਾ, ਸਾਡਾ ਕੀਮਤੀ ਟਾਈਮ ਕੱਢਿਆ, ਹਰ ਚੀਜ਼ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਦੇਸੀ ਵਾਰੀ, ਧੰਨਵਾਦ ਜੀ ਤੁਹਾਡਾ ਵੀ, ਬਾਕੀ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਜਨਾਬ, ਥੈਂਕ ਯੂ, ਧੰਨਵਾਦ ਜੀ, ਧੰਨਵਾਦ। ਸੋ ਬਿਲਕੁਲ ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੈ ਜੀ, ਪਹਿਲਾਂ ਗੱਲਬਾਤ ਚੱਲ ਰਹੀ ਸੀ ਹਰ ਫਾਰਮਰ ਜੀ ਨਾਲ, ਸੋ ਉਹਨਾਂ ਨੇ ਆਪਣੀ ਜ਼ੁਬਾਨੀ ਦੱਸਿਆ ਕਿ ਮੂਵੀ ਜਿਹੜਾ ਹੈਗਾ ਗਾ ਲੋਕਾਂ ਨੂੰ ਕਿੱਦਾਂ ਪਸੰਦ ਆਊਗੀ, ਹੈ ਨਾ। ਸੋ ਨਾਲ ਦੀ ਨਾਲ ਜੀ ਆਪਣੇ ਨਾਲ ਕੁਵੇਲਾ ਮੂਵੀ ਦੀ ਸਾਰੀ ਟੀਮ ਜੁੜੀ ਹੋਈ ਹੈ, ਤੇ ਆਪਣੇ ਨਾਲ ਜੁੜੇ ਨੇ ਜੀ ਗੈਵੀ ਸਿੱਧੂ ਜੀ, ਜਿਨ੍ਹਾਂ ਨੇ ਫਿਲਮ ਦਾ ਬੈਕਗਰਾਉਂਡ ਮਿਊਜ਼ਿਕ ਤੋਂ ਲੈ ਕੇ ਜਿੰਨੇ ਵੀ ਗਾਣੇ ਨੇ ਮਿਊਜ਼ਿਕ ਦੇ ਵਿੱਚ ਉਹ ਸਭ ਦਾ ਮਿਊਜ਼ਿਕ ਦਿੱਤਾ ਹੈਗਾ। ਸੋ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਤੋਂ ਜਾਣਦੇ ਹਾਂ ਕਿ ਮੂਵੀ ਦਾ ਕਨਸੈਪਟ ਕੀ ਆ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਦੇਸੀ ਵਾਰ ਰੇਡੀਓ ਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਦੇਸੀ ਵਰਲਡ ਰੇਡੀਓ ਜਿੰਨੇ ਵੀ ਲੋਕ ਸੁਣ ਰਹੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਹਾਂਜੀ ਹਰਮਨ ਜੀ, ਜੀ ਗੈਵੀ ਜੀ, ਜਿਵੇਂ ਕਿ ਅਸੀਂ ਦੇਖ ਰਹੇ ਹਾਂ ਜੀ ਕਿ ਮਿਊਜ਼ਿਕ ਤੇ ਕਹਿੰਦੇ ਹੁੰਦੇ ਆ ਕਿ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਫਿਲਮ ਦੇ ਵਿੱਚ, ਕਿਸੇ ਸਟੋਰੀ ਨੂੰ, ਕਿਸੇ ਸੀਨ ਨੂੰ, ਕਿਸੇ ਨੂੰ ਰੀਪ੍ਰੈਜ਼ੈਂਟ ਕਰਨਾ, ਜਿੰਨਾ ਚਿਰ ਮਿਊਜ਼ਿਕ ਕੰਮ ਦਾ ਨਾ ਹੋਵੇ ਉਨਾ ਚਿਰ ਉਹ ਵੇਖਣ ਦਾ ਹੀ ਨਹੀਂ ਮਜ਼ਾ ਹੁੰਦਾ ਹੈਗਾ। ਸੋ ਤੁਹਾਡਾ ਜਿਹੜਾ ਇਹ ਕੁਵੇਲਾ ਫਿਲਮ ਦੇ ਨਾਲ ਸਫ਼ਰ ਹੁਣ ਤੱਕ ਕਿੱਦਾਂ ਦਾ ਰਿਹਾ, ਇਹ ਜਾਣਨਾ ਚਾਹਾਂਗੇ ਸਭ ਤੋਂ ਪਹਿਲਾਂ। ਸਫ਼ਰ ਬਹੁਤ ਵਧੀਆ ਰਿਹਾ ਜੀ, ਰਾਤਾਂ ਨੂੰ ਬੈਠ ਕੇ ਅਸੀਂ ਮਿਊਜ਼ਿਕ ਤਿਆਰ ਕੀਤਾ, ਅਮਨ ਬਰਾੜ ਜੀ ਉਹਨਾਂ ਦੇ ਡਾਇਰੈਕਟਰ ਨੇ, ਉਹ ਮੈਨੂੰ ਇੱਕ ਥੀਮ ਦੱਸਦੇ ਸੀਗੇ ਵੀ ਆਪਾਂ ਏਦਾਂ ਦਾ ਇੱਥੇ ਕਰਨਾ ਹੈਗਾ, ਤਾਂ ਉਹ ਸਾਰੇ ਨੂੰ ਤਿਆਰ ਕਰਨਾ ਇੱਕ ਬਹੁਤ ਚੈਲੰਜ ਸੀ ਇੱਕ ਹਿਸਾਬ ਦਾ ਮੇਰੇ ਲਈ, ਤੇ ਉਹ ਬਹੁਤ ਵਧੀਆ ਸੀਗਾ। ਮੈਂ ਪਹਿਲੀ ਮੂਵੀ ਕੀਤੀ ਹੈ ਬੈਕਗਰਾਉਂਡ ਮਿਊਜ਼ਿਕ ਜਿਹਦਾ ਸੀਗਾ, ਤੇ ਪਹਿਲਾਂ ਮੈਂ ਗਾਣੇ ਕਾਫੀ ਕੀਤੇ ਹੈਗੇ, ਬਟ ਜੇ ਬੈਕਗਰਾਉਂਡ ਸਕੋਰ ਦੀ ਗੱਲ ਕਰੀਏ ਉਹ ਪਹਿਲਾਂ ਸੀਗਾ ਮੇਰੇ, ਤੇ ਬਹੁਤ ਵਧੀਆ ਸਫ਼ਰ ਰਿਹਾ ਜੀ, ਤੇ ਬਹੁਤ ਕੁਛ ਸਿੱਖਣ ਨੂੰ ਵੀ ਮਿਲਿਆ ਤੇ ਅੱਗੇ ਕੀਤਾ ਵੀ ਬਹੁਤ ਵਧੀਆ ਜੀ ਸਾਰਾ ਕੁਛ ਜੀ। ਗੱਲ ਜੀ ਜੀ, ਜਿਵੇਂ ਕਿ ਮੂਵੀ ਨਾਮ ਤੋਂ ਵੀ ਪਤਾ ਲੱਗਦਾ ਹੈਗਾ ਕਿ ਕੁਵੇਲਾ, ਯਾਨੀ ਕਿ ਕਨਸੈਪਟ ਵੀ ਇਹਦਾ ਬਿਲਕੁਲ ਡਿਫਰੈਂਟ ਹੈ ਮੂਵੀ ਦਾ, ਇਹ ਤੁਹਾਡੇ ਤੁਹਾਨੂੰ ਹੀ ਕਿਉਂ ਚੂਜ਼ ਕੀਤਾ ਗਿਆ ਮਿਊਜ਼ਿਕ ਐਜ਼ ਏ ਮਿਊਜ਼ਿਕ ਡਾਇਰੈਕਟਰ? ਐਕਚੁਅਲੀ ਮੇਰੇ ਕੋਲ ਸਭ ਤੋਂ ਪਹਿਲਾਂ ਹਰ ਫਾਰਮਰ ਜੋ ਹੈਗੀ ਆਪਣੇ ਮੇਨ ਲੀਡ ਤੇ ਜੀ, ਉਹਨਾਂ ਨਾਲ ਗੱਲ ਹੋਈ ਸੀ ਕਾਫੀ ਟਾਈਮ ਪਹਿਲਾਂ, ਤਾਂ ਉਹਨਾਂ ਨੇ ਮੇਰਾ ਮਿਊਜ਼ਿਕ ਸੁਣਿਆ, ਉਹਨਾਂ ਨੇ ਕਿਹਾ ਵੀ ਹਾਂ ਕਾਫੀ ਅੱਛਾ ਕੰਮ ਕਰਦਾ ਤੂੰ ਤੇ ਆਪਾਂ ਇਕੱਠੇ ਕੰਮ ਕਰਾਂਗੇ, ਤੇ ਫਿਰ ਉਹਨਾਂ ਨੇ ਮੈਨੂੰ ਸੁਰਜੀਤ ਪਾਤਰ ਸਾਹਿਬ ਉਹਨਾਂ ਦਾ ਲਿਖਿਆ ਹੋਇਆ ਗੀਤ ਜੋ ਕਿ ਉਹਨਾਂ ਦੇ ਬੇਟੇ ਮਨਰਾਜ ਪਾਤਰ ਜੀ ਨੇ ਗਾਇਆ ਉਹ ਮੈਨੂੰ ਉਹਨਾਂ ਨੇ ਦਿੱਤਾ, ਤੇ ਉਹ ਗਾਣਾ ਵੀ ਕਾਫੀ ਅੱਛਾ ਬਣਿਆ, ਤਾਂ ਫਿਰ ਉਹਨਾਂ ਨੇ ਹੌਲੀ ਹੌਲੀ ਕਰਕੇ ਸਾਰੀ ਮੂਵੀ ਹੀ ਮੈਨੂੰ ਦਿੱਤੀ, ਫਿਰ ਉਹਨਾਂ ਨੇ ਕਿਹਾ ਵੀ ਹਾਂਜੀ ਸਾਰਾ ਬੈਕਗਰਾਉਂਡ ਤੁਸੀਂ ਹੀ ਕਰਨਾ, ਤਾਂ ਫਿਰ ਏਦਾਂ ਇਹ ਸਾਰੇ ਕੰਮ ਦੀ ਸ਼ੁਰੂਆਤ ਹੋਈ। ਬਾਕੀ ਉਹਨਾਂ ਦਾ ਜੋ ਮੇਰੀ ਲਾਈਨ ਹੈਗੀ ਇਹਦੇ ਵਿੱਚ ਹਰ ਭਾਈ ਦਾ ਬਹੁਤ ਵੱਡਾ ਯੋਗਦਾਨ ਹੈ, ਉਹਨਾਂ ਨੇ ਸ਼ੁਰੂ ਤੋਂ ਮੈਨੂੰ ਸਪੋਰਟ ਕੀਤਾ ਤੇ ਅੱਗੇ ਹੋਪ ਅੱਗੇ ਵੀ ਕਰਦੇ ਰਹਿਣਗੇ, ਕੰਮ ਉਹਨਾਂ ਨੂੰ ਪਸੰਦ ਹੈ ਤੇ ਆਪਾਂ ਉਹਨਾਂ ਦੇ ਖਰੇ ਉਤਰ ਰਹੇ ਉਹਨਾਂ ਦੇ ਰਿਸ਼ਤਿਆਂ ਦੇ ਉੱਪਰ। ਜੀ ਜੀ, ਜਿਵੇਂ ਕਿ ਦੇਖ ਰਹੇ ਹਾਂ ਕਿ ਮੂਵੀ ਜਿਹੜੀ ਅੱਜ ਦੇ ਦੌਰ ਦੀਆਂ ਮੂਵੀਆਂ ਤੋਂ ਇਹ ਬਿਲਕੁਲ ਹਟ ਕੇ ਹੈ ਜਿਹੜਾ ਕਨਸੈਪਟ ਹੈਗਾ ਗਾ, ਤੁਹਾਨੂੰ ਇਹ ਨਹੀਂ ਲੱਗਿਆ ਯਾਰ ਮੇਰਾ ਇਹ ਪਹਿਲਾ ਪ੍ਰੋਜੈਕਟ ਹੈ ਦੇ ਵੱਡੇ ਕਹਿ ਲਓ ਪਰਦੇ ਦੇ ਉੱਤੇ, ਉਹ ਵੀ ਡਿਫਰੈਂਟ ਕਨਸੈਪਟ ਜਿਹੜਾ ਉੱਤੇ ਮੈਂ ਵਰਕ ਕਰ ਰਿਹਾ ਗਾ ਅੱਜ ਕੱਲ੍ਹ ਜਿਹੜਾ ਯੂਥ ਕੀ ਪਸੰਦ ਕਰਦੀ ਆ, ਪਰ ਇਹ ਉਸ ਤੋਂ ਬਿਲਕੁਲ ਹਟ ਕੇ ਆ, ਕਿੱਦਾਂ ਰਿਸਕ ਲਿਆ ਫਿਰ ਤੁਸੀਂ? ਏਦਾਂ ਦੇਖੋ ਜੀ, ਜਿਵੇਂ ਹੁਣ ਮੈਂ ਤਕਰੀਬਨ 3-4 ਸਾਲ ਹੋ ਗਏ ਹਰ ਭਾਈ ਦਾ ਰਹਿੰਦੇ ਹੋਏ, ਤਾਂ ਉਹਨਾਂ ਦੇ ਨਾਲ ਰਹਿ ਕੇ ਇੱਕ ਸੋਚ ਬਣ ਜਾਂਦੀ ਉਦਾਂ ਦੀ, ਜਿਵੇਂ ਉਹਨਾਂ ਦਾ ਕੰਮ ਸਾਰਾ ਡਿਫਰੈਂਟ ਹੈਗਾ। ਪਹਿਲਾਂ ਜਦੋਂ ਅਸੀਂ ਨਵੇਂ ਨਵੇਂ ਫੀਲਡ ਦੇ ਵਿੱਚ ਆਏ ਸੀਗੇ, ਸਾਨੂੰ ਆਏ ਸੀਗਾ ਜੀ ਹਾਂਜੀ ਬੀਟ ਸੌਂਗ ਕਰਨੇ ਆ ਤੇ ਇੱਦਾਂ ਕਰਕੇ ਹਿੱਟ ਹੋ ਜਾਣਾ, ਜੇ ਉਹ ਆ ਸੋਚ ਸੀਗੀ, ਬਟ ਉਹਨਾਂ ਨਾਲ ਕੰਮ ਕਰਕੇ ਸਾਨੂੰ ਪਤਾ ਲੱਗਿਆ ਵੀ ਇਹ ਚੀਜ਼ਾਂ ਨਹੀਂ ਹੈਗੀਆਂ, ਉਹ ਕੁਛ ਅਲੱਗ ਕਰਾਉਣਾ ਚਾਹੁੰਦੇ ਸਾਰਾ ਤੋਂ। ਉਹਨਾਂ ਨੇ ਜੋ ਉਹਨਾਂ ਨਾਲ ਰਲ ਕੇ ਮੈਂ ਜਿੰਨੇ ਵੀ ਗਾਣੇ ਕੀਤੇ, ਜਿਵੇਂ ਕੁੜੀਆਂ ਕੇਸ ਹੋ ਗਏ ਨੇ, ਹਰਮਨ ਰਾਣੀ ਤਾਤਾ ਵਿੱਚ ਜਿਵੇਂ ਹੋ ਗਏ, ਠੀਕ ਹੈ ਜੀ, ਤਾਂ ਡਿਫਰੈਂਟ ਦੇ ਗਾਣੇ ਕੀਤੇ, ਤਾਂ ਅੱਜ ਕੱਲ੍ਹ ਉਹ ਸੋਚ ਮੇਰੀ ਵੀ ਬਣ ਚੁੱਕੀ ਸੀਗੀ। ਫਿਰ ਮੂਵੀ ਕਰਨ ਲੱਗੀ ਫਿਰ ਮੈਨੂੰ ਵੀ ਇਹ ਲੱਗਿਆ ਵੀ ਨਹੀਂ ਕੁਛ ਡਿਫਰੈਂਟ ਹੀ ਦਈਏ, ਕਿਉਂਕਿ ਉਹਨਾਂ ਉਹ ਡਿਫਰੈਂਟ ਹੈਗੇ ਬਿਲਕੁਲ, ਉਹ ਇਹਨਾਂ ਨਾਲ ਉਹਨਾਂ ਦਾ ਕੰਪੀਟੀਸ਼ਨ ਹੈ ਹੀ ਨਹੀਂ ਕਿਸੇ ਨਾਲ, ਉਹ ਅਲੱਗ ਹੈ ਜੀ, ਤੇ ਉਦੋਂ ਨਾ ਫਿਰ ਸੋਚ ਕੇ ਸਾਨੂੰ ਵੀ ਲੱਗਿਆ ਵੀ ਨਹੀਂ ਅਲੱਗ ਹੀ ਕਰਾਂਗੇ ਆਪਾਂ ਵੀ ਕੁਛ ਜੀ। ਜਿਵੇਂ ਕਿ ਹਰ ਭਾਜੀ ਨਾਲ ਗੱਲਬਾਤ ਚੱਲ ਰਹੀ ਸੀ, ਉਹ ਕਹਿ ਰਹੇ ਸੀ ਕਿ ਮੂਵੀ ਨੂੰ ਸ਼ੋਅ ਬਹੁਤ ਘੱਟ ਮਿਲ ਰਹੇ ਨੇ, ਸਿਰਫ ਇੱਕ ਸ਼ੋਅ ਹੀ ਮਿਲ ਰਿਹਾ ਪੂਰੇ ਦਿਨ ਦਾ ਜਿਹੜਾ ਹੋਊਗਾ, ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਏਦਾਂ ਕਿਉਂ ਲੋਕ ਏਦਾਂ ਦੇ ਕਨਸੈਪਟ ਜਿਹੜੇ ਪਸੰਦ ਨਹੀਂ ਕਰਦੇ, ਜਾਂ ਇਹਦੇ ਵਿੱਚ ਨਾਮਵਰ ਕਲਾਕਾਰ ਨਹੀਂ ਹੈਗੇ, ਸ਼ਾਇਦ ਹੋ ਸਕਦਾ ਉਹਦੀ ਵੀ ਇੱਕ ਵਜ੍ਹਾ ਹੋਵੇ? ਨਹੀਂ ਜੀ, ਨਾਮਵਰ ਕਲਾਕਾਰ ਕਾਫੀ ਹੈ ਇਹਦੇ ਵਿੱਚ, ਆਲਮੋਸਟ ਸਾਰੇ ਥੀਏਟਰ ਕਲਾਕਾਰ ਹੀ ਨੇ ਜੀ ਇਹਦੇ ਵਿੱਚ, ਤੇ ਬਾਕੀ ਸ਼ੋਜ਼ ਦਾ ਮੈਂ ਕੁਛ ਨਹੀਂ ਕਹਿ ਸਕਦਾ ਕਿਉਂਕਿ ਇਹਦੇ ਵਿੱਚ ਮੈਨੂੰ ਇੰਨਾ ਜ਼ਿਆਦਾ ਡੀਪ ਨੌਲੇਜ ਨਹੀਂ ਵੀ ਕਿੱਦਾਂ ਡਿਸਟ੍ਰੀਬਿਊਟ ਕਰਦੇ ਅੱਗੇ ਕਿੱਦਾਂ ਨਹੀਂ, ਜਿਸ ਕਿ ਮੇਰਾ ਸਟੂਡੀਓ ਤੱਕ ਦਾ ਕੰਮ ਹੁੰਦਾ, ਮੈਂ ਸਟੂਡੀਓ ਦੇ ਵਿੱਚ
ਜੀ 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 ਤੇ ਓਹਦੇ ਜੀ ਹੁਣ ਤੱਕ ਮੂਵੀ ਦੇ ਵਿੱਚ ਕਿੰਨੇ ਗਾਣੇ ਸਾਨੂੰ ਸੁਣਨ ਨੂੰ ਮਿਲਣਗੇ? ਇਹਦੇ ਵਿੱਚ ਜੀ ਦੋ ਗਾਣੇ ਮੇਰੇ ਵੱਲੋਂ ਹੋਏ ਗਏ ਆ ਤੇ ਬਾਕੀ ਬੈਕਗ੍ਰਾਉਂਡ ਮਿਊਜ਼ਿਕ ਸਾਰਾ ਓਕੇ ਤੇ ਸਾਰਾ ਬੈਕਗ੍ਰਾਉਂਡ ਮਿਊਜ਼ਿਕ ਯਾਨੀ ਕੀ ਹੋਇਆ ਇੱਕ ਹੀਰ ਜਿਹੜੀ ਕੁੜੀ ਸੀ ਆਪਾਂ ਜਿਹਨਾਂ ਨੂੰ ਮਰਾਇਆ ਸੀ ਨਾ ਉਹਨਾਂ ਦਾ ਗਾਣਾ ਸੀਗਾ ਇੱਕ ਇੱਕ ਮਨਰਾਜ ਪਾਤਰ ਜੀ ਦਾ ਗਾਣਾ ਹੈਗਾ ਇੱਕ ਮੇਰੇ ਦੋਸਤ ਹੈ ਗੁਰਮੋਹ ਉਹਨਾਂ ਦਾ ਇੱਕ ਗਾਣਾ ਹੈਗਾ ਜਿਹੜਾ ਕਿ ਹੁਣੇ ਰਿਲੀਜ਼ ਹੋਇਆ ਥੋੜੇ ਦਿਨ ਪਹਿਲਾਂ ਜੀ ਜੀ ਹਾਂਜੀ ਤੇ ਬਾਕੀ ਤੁਸੀਂ ਆਪਣੇ ਆਪਣੇ ਸ਼ਬਦਾਂ ਦੇ ਨਾਲ ਜਿਹੜੇ ਆਪਾਂ ਨੂੰ ਇੰਡੀਆ ਸੁਣ ਰਹੇ ਨੇ ਜਾਂ ਆਊਟ ਆਫ ਇੰਡੀਆ ਸੁਣ ਰਹੇ ਨੇ ਤੁਸੀਂ ਆਪਣੇ ਬਾਰੇ ਜ਼ਰੂਰ ਇੱਕ ਅਪੀਲ ਕਰ ਸਕਦੇ ਹੋ ਮੂਵੀ ਦੇਖਣ ਦੇ ਲਈ ਜੀ? ਹਾਂਜੀ ਮੈਂ ਬਸ ਇਹੀ ਅਪੀਲ ਕਰ ਸਕਦਾ ਕਿ ਬਹੁਤ ਡਿਫਰੈਂਟ ਜਿਹਾ ਕੰਮ ਹੈ ਜੀ ਜਿਹੜੀ ਭੇਡ ਚਾਲ ਚੱਲੀ ਜਾਂਦੀ ਹੈ ਪੰਜਾਬ ਵਿੱਚ ਉਹ ਤੋਂ ਬਿਲਕੁਲ ਹਟ ਕੇ ਹੈ ਸਾਰਾ ਕੰਮ ਤੇ ਬਸ ਆਪਾਂ ਇਹੀ ਉਮੀਦ ਕਰਦੇ ਹਾਂ ਕਿ ਜੋ ਸਾਰੀ ਮਿਹਨਤ ਹੈ ਸਾਰੀ ਮਿਹਨਤ ਦਾ ਹਰੇਕ ਨੂੰ ਫਲ ਮਿਲਣਾ ਚਾਹੀਦਾ ਹੈਗਾ ਤੇ ਜਿਵੇਂ ਕਿ ਟ੍ਰੇਲਰ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਮੈਨੂੰ ਮਿਊਜ਼ਿਕ ਲਈ ਕਾਲਸ ਆਈਆਂ ਨਾ ਡੀ ਓ ਪੀ ਲਈ ਗਗਨ ਭਾਜੀ ਜਿਹੜੇ ਹੈਗੇ ਉਹਨਾਂ ਨੂੰ ਕਾਲਸ ਆਈਆਂ ਤਾਂ ਏਦਾਂ ਕਰਕੇ ਸਾਰੇ ਜਿੰਨਾ ਵੀ ਹਰੇਕ ਦੀ ਮਿਹਨਤ ਦਾ ਉਹਨਾਂ ਨੂੰ ਫਲ ਮਿਲਣਾ ਚਾਹੀਦਾ ਬਸ ਮੇਨ ਇੰਨਾ ਕਿ ਡਿਫਰੈਂਟ ਕੀਤਾ ਤੇ ਡਿਫਰੈਂਟ ਲੋਕ ਐਕਸੈਪਟ ਕਰਨ ਇਹੀ ਸਾਡੀ ਇੱਕ ਅਪੀਲ ਹੈ ਛੋਟੀ ਜੀ ਬਸ ਹੋਰ ਕੁਛ ਨਹੀਂ ਜੀ ਬਿਲਕੁਲ ਤੇ ਉਹੀ ਉਮੀਦ ਕਰਦੇ ਆ ਕਿ ਜਿੰਨੇ ਵੀ ਸ਼ੋਅ ਮਿਲਣੇ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਹੌਸਲੇ ਜਾਣ ਤੇ ਇੱਕ ਇਤਿਹਾਸ ਜਿਹੜਾ ਰਚਿਆ ਜਾਵੇ ਕਿਉਂਕਿ ਡਿਫਰੈਂਟ ਕਨਸੈਪਟ ਦੇ ਉੱਤੇ ਜਿਹੜਾ ਕੰਮ ਕਰਨਾ ਜਾਂ ਇਹਨੂੰ ਅੱਗੇ ਲੈ ਕੇ ਆਉਣਾ ਇਹ ਬਹੁਤ ਵੱਡੀ ਗੱਲ ਹੁੰਦੀ ਆ ਤੇ ਬਾਕੀ ਤੁਹਾਡੀ ਸਾਰੀ ਟੀਮ ਨੂੰ ਜਿਹੜਾ ਆਲ ਦੀ ਬੈਸਟ ਕਹਿੰਦੇ ਆ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਹਰਮਨ ਜੀ ਤੁਹਾਡਾ ਵੀ ਤੁਸੀਂ ਆਪਣੇ ਬਿਜ਼ੀ ਟਾਈਮ ਵਿੱਚ ਟਾਈਮ ਕੱਢ ਕੇ ਕਾਲ ਕੀਤੀ ਤੇ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਵੀ ਗੱਲਬਾਤ ਕਰਕੇ ਸਿੰਗਰ ਨਾਲ ਜਾਂ ਮਿਊਜ਼ਿਕ ਡਾਇਰੈਕਟਰ ਨਾਲ ਆਪਾਂ ਗੱਲਬਾਤ ਲਾਈਵ ਕਰ ਰਹੇ ਸੀਗੇ ਸੋ ਸਾਡੇ ਨਾਲ ਜੀ ਹੁਣ ਲਾਈਨ ਦੇ ਉੱਤੇ ਮੌਜੂਦ ਨੇ ਜਿਨ੍ਹਾਂ ਨੇ ਇਸ ਮੂਵੀ ਦੇ ਵਿੱਚ ਸੌਂਗ ਦੇ ਜ਼ਰੀਏ ਆਪਣੀ ਆਵਾਜ਼ ਦਿੱਤੀ ਆ ਹੀਰ ਜੀ ਸਾਡੇ ਨਾਲ ਮੌਜੂਦ ਨੇ ਜੀ ਲਾਈਵ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਕਰਦੇ ਹਾਂ ਦੇਸੀ ਵਾਰ ਰੇਡੀਓ ਦੇ ਵਿਹੜੇ ਚ ਸੋ ਸਭ ਤੋਂ ਪਹਿਲਾਂ ਤਾਂ ਮੈਮ ਗੱਲਬਾਤ ਕਰਨਾ ਚਾਹਾਂਗੇ ਕਵੇਲਾ ਮੂਵੀ ਬਾਰੇ ਕਿੱਦਾਂ ਦਾ ਰਿਹਾ ਤੁਹਾਡਾ ਸਫ਼ਰ ਕਵੇਲਾ ਮੂਵੀ ਨਾਲ ਸਰ ਬਹੁਤ ਵਧੀਆ ਸਫ਼ਰ ਰਿਹਾ ਇਹ ਮੂਵੀ ਜਿਹੜੀ ਹੈ ਪੰਜਾਬ ਦੀ ਸਾਰੀ ਮੂਵੀ ਤੋਂ ਹਟ ਕੇ ਜਿੱਦਾਂ ਦੀ ਮੂਵੀ ਅੱਜ ਕੱਲ੍ਹ ਪੰਜਾਬ ਚ ਆ ਰਹੀਆਂ ਨੇ ਇਹ ਡਿਫਰੈਂਟ ਕਲਚਰ ਤੇ ਇਹਦੇ ਵਿੱਚ ਮੈਨੂੰ ਮੌਕਾ ਮਿਲਿਆ ਜਿਹੜਾ ਇਹਦਾ ਥੀਮ ਸੌਂਗ ਆ ਉਹ ਮੈਨੂੰ ਗਾਉਣ ਦਾ ਮੌਕਾ ਮਿਲਿਆ ਹਰਖ ਸਰ ਨੇ ਮੈਨੂੰ ਦਿੱਤਾ ਮੂਵੀ ਦੇ ਡਾਇਰੈਕਟਰ ਅਮਨਜੀਤ ਬਰਾੜ ਨੇ ਮੈਨੂੰ ਦਿੱਤਾ ਤਾਂ ਮੈਂ ਬੜੀ ਖੁਸ਼ਨਸੀਬ ਹਾਂ ਕਿ ਉਹਨਾਂ ਨੇ ਮੈਨੂੰ ਆਹ ਮੌਕਾ ਦਿੱਤਾ ਬਹੁਤ ਸੋਹਣਾ ਰਿਹਾ ਇਹਦੀ ਐਡੀਟਿੰਗ ਸਾਡੇ ਸਟੂਡੀਓ ਇੱਥੇ ਹੋਈ ਹੈ ਜੈਵੀ ਸਿੱਧੂ ਨੇ ਮਿਊਜ਼ਿਕ ਕੀਤਾ ਤੇ ਵਿੱਚ ਮੈਂ ਸੌਂਗ ਕੀਤਾ ਕੰਪੋਜੀਸ਼ਨ ਆਪਾਂ ਨਾਲੇ ਨਾਲ ਸੌਂਗ ਕੀਤਾ ਕੋਈ ਮੈਨੂੰ ਪਹਿਲਾਂ ਦੱਸਿਆ ਨੀ ਗਿਆ ਸੀ ਕਿ ਮੂਵੀ ਸੌਂਗ ਹੈ ਤੁਹਾਡਾ ਮੈਨੂੰ 5-10 ਮਿੰਟ ਪਹਿਲਾਂ ਹੀ ਦੱਸਿਆ ਗਿਆ ਤਾਂ ਮੈਂ ਉਹਨੂੰ ਵਧੀਆ ਨਿਭਾਉਣ ਦੀ ਕੋਸ਼ਿਸ਼ ਕੀਤੀ ਤੇ ਤੁਹਾਨੂੰ ਕਿੰਨਾ ਥਰੂ ਮਿਲਿਆ? ਹਾਂਜੀ ਹਾਂਜੀ ਬਿਲਕੁਲ ਓਕੇ ਮੈਨੂੰ ਇੱਕ ਮੇਹਰ ਕਹਿ ਸਕਦੀ ਸੀ ਓਕੇ ਓਕੇ ਸੋ ਤੁਸੀਂ ਪਹਿਲਾਂ ਮੈਂ ਦੇਖ ਰਿਹਾ ਸੀ ਤੁਹਾਡੇ ਕਾਫੀ ਪਹਿਲਾਂ ਸਿੰਗਲ ਟਰੈਕ ਆ ਚੁੱਕੇ ਨੇ ਜਿਵੇਂ ਗੱਲ ਕਰੀਏ ਕਿ ਛੋਟੇ ਪਰਦੇ ਤੋਂ ਛੋਟੇ ਪਰਦੇ ਤੋਂ ਹਟ ਕੇ ਤੁਹਾਡਾ ਜਿਹੜਾ ਟਰੈਕ ਜਿਹੜਾ ਵੱਡੇ ਪਰਦੇ ਤੇ ਜਿਹੜਾ ਚੱਲੂਗਾ ਜੀ ਕਿੱਦਾਂ ਦਾ ਐਕਸਪੀਰੀਅੰਸ ਆ ਕਿੱਦਾਂ ਦੀ ਉਮੀਦ ਆ ਆਪਣੇ ਸੌਂਗ ਤੋਂ? ਮੈਨੂੰ ਉਮੀਦ ਤਾਂ ਕਾਫੀ ਹੈ ਹਰ ਆਰਟਿਸਟ ਨੂੰ ਆਪਣੇ ਕੰਮ ਤੋਂ ਉਮੀਦ ਹੁੰਦੀ ਆ ਤੇ ਜਿੰਨਾ ਕੋ ਮੈਨੂੰ ਕੰਮ ਮਿਲਿਆ ਮੈਨੂੰ ਖਰਾ ਉਹਦੇ ਤੇ ਉਮੀਦਾਂ ਦੇ ਪੂਰਾ ਕਰੀਆਂ ਤੇ ਲੋਕਾਂ ਨੇ ਮੈਨੂੰ ਕਾਫੀ ਅੱਛਾ ਰਿਸਪੌਂਸ ਦਿੱਤਾ ਮੈਨੂੰ ਖੁਦ ਮੈਸੇਜ ਕੋਲ ਆਏ ਤੇ ਇੱਕ ਹੋਰਰ ਸੌਂਗ ਵਾਂਗੂ ਲੱਗਦਾ ਹੈ ਸੌਂਗ ਕਿਉਂਕਿ ਆਪਾਂ ਸਾਰੇ ਹੀ ਆਪਾਂ ਤਕਰੀਬਨ ਪੰਜਾਬ ਦੇ ਆਪਾਂ ਸਾਰੇ ਛੋਟੇ ਹੁੰਦੇ ਸੁਣਦੇ ਨੇ ਕਾਲੀਆਂ ਇੱਟਾਂ ਕਾਲੇ ਰੋਲ ਮੀਂਹ ਵਰਸਾ ਦੇ ਜ਼ੋਰੋਂ ਜ਼ੋਰ ਲੈਲਾ ਕੁਛ ਨੀ ਜਿਹਨਾਂ ਨੂੰ ਫਿਲਮ ਦੇ ਡਾਇਰੈਕਟਰ ਅਮਨਜੀਤ ਸਿੰਘ ਬਰਾੜ ਨੇ ਦੇਖਿਆ ਤੇ ਆਹ ਲੈਲਾ ਇਹਨਾਂ ਨੂੰ ਇੱਕ ਫੇਸ ਹੋਣਾ ਸੀ ਜੋ ਮੈਨੂੰ ਕਿਹਾ ਗਿਆ ਤੇ ਮੈਂ ਉਹਨੂੰ ਵਧੀਆ ਨਿਭਾਇਆ ਜਿੰਨਾ ਕੁ ਮੈਨੂੰ ਲੱਗੇ ਜਿੰਨਾ ਮੈਂ ਕਰ ਸਕਦੀ ਦਾ ਬੈਸਟ ਕੀਤਾ ਤੇ ਮੈਨੂੰ ਅੱਛਾ ਰਿਸਪੌਂਸ ਮਿਲਿਆ ਤੇ ਇਹਨਾਂ ਤੋਂ ਬਾਅਦ ਮੈਨੂੰ ਕਾਫੀ ਕੋਲ ਆਏ ਸਟੂਡੀਓ ਕਾਫੀ ਲੋਕਾਂ ਨੇ ਕਿਹਾ ਕਿ ਤੁਸੀਂ ਅੱਛਾ ਨਿਭਾਇਆ ਤਾਂ ਉਮੀਦ ਹੈ ਕਿ ਮੂਵੀ ਚ ਜਦੋਂ ਫਿਰ ਦੁਬਾਰਾ ਇਹ ਸੌਂਗ ਚੱਲੂਗਾ ਤਾਂ ਲੋਕੀ ਹੀਰ ਨੂੰ ਯਾਦ ਕਰਨਗੇ। ਜੀ ਜੀ ਤੇ ਮੈਂ ਚਾਹੁੰਗਾ ਜੀ ਗਾਣੇ ਦੇ ਦੋ ਬੋਲ ਹੋ ਜਾਣ ਹੁਣੇ ਤੁਹਾਡੇ ਜ਼ੁਬਾਨੀ। ਜੀ ਬਿਲਕੁਲ ਹੋਰਰ ਸੌਂਗ ਵਾਂਗੂ ਹੈ ਇਹਨੂੰ ਆਪਾਂ ਵੈਸੇ ਇੰਨਾ ਨਹੀਂ ਕਹਿ ਸਕਦੇ ਲੇਕਿਨ ਮੂਵੀ ਦੇ ਅਕੋਰਡਿੰਗ ਥੋੜਾ ਜਿਹਾ ਹੋਰਰ ਲੱਗੂਗਾ ਕਿ ਲੱਗਦਾ ਸੀ ਕਾਲੀਆਂ ਇੱਟਾਂ ਕਾਲੇ ਰੂੰ ਕਾਲੇ ਹੋ ਗਏ ਸਾਰੇ ਰੂੰ ਕਾਲੀਆਂ ਰਾਤਾਂ ਹਨੇਰੇ ਰਾਹ ਜ਼ਖਮੀ ਹੋ ਸਾਰੀ ਲੋ
ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਜਿਵੇਂ ਮੂਵੀ ਜਿਹੜਾ ਕਹਿ ਲਓ ਕਿ ਆਪਣੇ ਆਪ ਦੇ ਵਿੱਚ ਇੱਕ ਯੂਨੀਕ ਕਨਸੈਪਟ ਆ, ਉਵੇਂ ਕਹਿ ਸਕਦੇ ਆ ਕਿ ਸੌਂਗ ਵੀ ਜਿਹੜਾ ਬਿਲਕੁਲ ਯੂਨੀਕ ਆ ਜੇ ਅੱਜ ਦੇ ਦੌਰ ਦੀ ਗੱਲ ਕਰੀਏ, ਤਾਂ ਕਿੱਦਾਂ ਤੁਸੀਂ ਇਹ ਸੌਂਗ ਦੇ ਲਈ ਆਪਣੇ ਆਪ ਨੂੰ ਪ੍ਰਿਪੇਅਰ ਕੀਤਾ? ਇਹਦੇ ਲਈ ਪ੍ਰਿਪਰੇਸ਼ਨ ਇੱਕ ਵੱਡੀ ਚੁਣੌਤੀ ਸੀ, ਕਿਉਂਕਿ ਆਪਾਂ ਜੇ ਫਿਲਮ ਹੀ ਜਾਂਦੇ ਹਾਂ ਇੱਕ ਅਲੱਗ ਚੀਜ਼ ਹੁੰਦੀ ਹੈ, ਲੇਕਿਨ ਇੱਕ ਜਦੋਂ ਤੁਹਾਨੂੰ ਕੋਈ ਡਿਮਾਂਡ ਕੀਤੀ ਜਾਵੇ ਕਿ ਤੁਸੀਂ ਇਹ ਚੀਜ਼ ਦੇਣੀ ਹੈ, ਮੂਵੀ ਆਹ ਚੀਜ਼ ਮੰਗਦੀ ਆ, ਤਾਂ ਮੈਂ ਥੋੜਾ ਜਿਹਾ ਪ੍ਰਿਪੇਅਰ ਕੀਤਾ ਖੁਦ ਨੂੰ, ਇਕਾਂਤ ਵਿੱਚ ਲਿਜਾ ਕੇ ਸੋਚਿਆ ਕਿ ਕੀ ਚੀਜ਼ ਹੈ ਤੇ ਮੈਨੂੰ ਕੀ ਦੇਣਾ ਚਾਹੀਦਾ। ਫਿਰ ਮੈਂ ਆਪਣੇ ਆਪ ਨੂੰ ਕੋਸ਼ਿਸ਼ ਕਰਕੇ ਤੇ ਉਹਦੇ ਤੇ ਕੰਸਨਟ੍ਰੇਟ ਕੀਤਾ, ਤੇ ਫਿਰ ਮੈਂ ਆਹ ਫੀਲ ਦਿੱਤਾ ਤੁਸੀਂ ਇਹ ਸੌਂਗ ਸੁਣ ਰਹੇ ਹੋ ਟ੍ਰੇਲਰ ਵਿੱਚ, ਤੇ ਉਹਨੂੰ ਬਖੂਬੀ ਪਸੰਦ ਕਰ ਰਹੇ ਨੇ ਲੋਕੀ ਜੀ। ਤੇ ਮੈਂ ਜਾਂਦੇ ਜਾਂਦੇ ਇਹੀ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿ ਤੁਹਾਨੂੰ ਕੀ ਲੱਗਦਾ ਕਿ ਏਦਾਂ ਦੇ ਕਨਸੈਪਟ ਤੇ ਹੋਰ ਵੀ ਮੂਵੀਆਂ ਏਦਾਂ ਦੀਆਂ ਬਣਨੀਆਂ ਚਾਹੀਦੀਆਂ? ਜੀ ਬਿਲਕੁਲ ਬਣਨੀਆਂ ਚਾਹੀਦੀਆਂ, ਕਿਉਂਕਿ ਲਵ ਰੋਮਾਂਸ ਇਹ ਸਭ ਸ਼ੁਰੂ ਤੋਂ ਚੱਲਦਾ ਆ ਰਿਹਾ, ਕੁਛ ਸੋਚ ਨੂੰ ਅਲੱਗ ਰੱਖਣਾ ਚਾਹੀਦਾ, ਕਿਉਂਕਿ ਆਪਾਂ ਯੂਥ ਆ, ਇਹ ਕ੍ਰੀਏਟੀਵਿਟੀ ਹੋਣੀ ਚਾਹੀਦੀ ਆ। ਜੇ ਕੋਈ ਇਹਦੇ ਵਿੱਚ ਕਦਮ ਚੁੱਕ ਰਿਹਾ ਤਾਂ ਸਾਨੂੰ ਨਾਲ ਹੋਣਾ ਚਾਹੀਦਾ ਤੇ ਅੱਗੇ ਵੀ ਡਿਫਰੈਂਟ ਕਨਸੈਪਟ ਲੈ ਕੇ ਆਉਣੇ ਚਾਹੀਦੇ ਆ। ਜੀ ਜੀ ਜੀ, ਤੇ ਬਿਲਕੁਲ ਮੈਂ ਜਾਂਦਾ ਜਾਂਦਾ ਸਾਰੇ ਹੀ ਜਿਹੜੇ ਸੁਣਨ ਵਾਲਿਆਂ ਨੂੰ ਇਹੀ ਦੱਸਣਾ ਚਾਹੂੰਗਾ ਕਿ ਮੂਵੀ ਰਿਲੀਜ਼ ਹੋ ਚੁੱਕੀ ਹੈ, ਹੋਣੀ ਹੈ ਜੀ 21 ਅਪ੍ਰੈਲ ਨੂੰ, ਹਨਾ। ਸੋ ਸਿਰਫ ਇੱਕ ਦਿਨ ਬਾਕੀ ਆ, ਤੇ ਤੁਸੀਂ ਹੀਰ ਜੀ ਆਪਣੇ ਆਪਣੇ ਜਿਹੜੇ ਜਿਹੜੇ ਸੁਣਨ ਵਾਲੇ ਨੇ ਸਾਰੇ ਹੀ ਸਰੋਤੇ ਨੇ, ਆਪਣੇ ਵੱਲੋਂ ਕੀ ਅਪੀਲ ਕਰਨਾ ਚਾਹੋਗੇ ਮੂਵੀ ਦੇਖਣ ਦੇ ਲਈ? ਮੂਵੀ ਦੇਖਣ ਲਈ ਮੈਂ ਇਹੀ ਉਹਨਾਂ ਨੂੰ ਦੱਸਣਾ ਚਾਹਾਂਗੀ, ਇਹੀ ਇੱਕ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜਿਹੜੇ ਲੋਕੀ ਤੁਸੀਂ ਮੈਨੂੰ ਸੁਣ ਰਹੇ ਹੋ, ਇਸ ਮੂਵੀ ਨੂੰ ਜ਼ਰੂਰ ਦੇਖੋ, ਤੇ ਉਮੀਦ ਆ ਮੈਨੂੰ ਬਹੁਤ ਜ਼ਿਆਦਾ ਕਿ ਤੁਹਾਨੂੰ ਪਸੰਦ ਆਊਗੀ। ਡਿਫਰੈਂਟ ਕਨਸੈਪਟ ਆ, ਅਸੀਂ ਪਹਿਲ ਕੀਤੀ ਆ ਇਸ ਫੀਲਡ ਵਿੱਚ, ਇੱਕ ਅਲੱਗ ਸਟੈਪ ਚੁੱਕਿਆ, ਤੇ ਤੁਸੀਂ ਜ਼ਰੂਰ ਪਸੰਦ ਕਰਨਾ ਤੇ ਹੌਸਲਾ ਅਫਜ਼ਾਈ ਕਰਨਾ ਕਿ ਤਾਂ ਕਿ ਅੱਗੋਂ ਤੋਂ ਵੀ ਏਦਾਂ ਦੇ ਕਨਸੈਪਟ ਆਉਂਦੇ ਰਹਿਣ ਤੇ ਲੋਕੀ ਕ੍ਰੀਏਟੀਵਿਟੀ ਨੂੰ ਅੱਗੇ ਵਾਧਾ ਦਿੰਦੇ ਰਹਿਣ। ਜੀ ਬਿਲਕੁਲ, ਤੇ ਬਿਲਕੁਲ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਇਹੀ ਦੁਆ ਕਰਦੇ ਆ ਰੱਬ ਅੱਗੇ ਕਿ ਜਿਹੜੇ ਤੁਹਾਡੇ ਜਿਹੜੇ ਸ਼ੋਜ਼ ਨੇ ਉਹ ਸਾਰੇ ਹਾਊਸਫੁਲ ਜਾਣ, ਜਿੰਨੇ ਵੀ ਸ਼ੋਅ ਹੋਣ ਮੂਵੀ ਦੇ, ਤੇ ਜਿਹੜੀ ਕਾਮਯਾਬੀ ਤੁਹਾਡੇ ਕਦਮ ਚੁੰਮੇ, ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ, ਆਪਣਾ ਕੀਮਤੀ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸੋ ਦੋਸਤੋ, ਇਹ ਸੀ ਫਿਲਮ ਦੇ ਜਿਹੜੇ ਆਪਾਂ ਸਿੰਗਰ ਹੀਰ ਜੀ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਟਾਈਟਲ ਸੌਂਗ ਜਿਹੜਾ ਆਪਣੀ ਆਵਾਜ਼ ਦੇ ਵਿੱਚ ਗੁਣਗੁਣਾਇਆ ਸੀਗਾ, ਉਹਨਾਂ ਦੀ ਆਵਾਜ਼ ਤੁਹਾਨੂੰ ਮੂਵੀ ਦੇ ਵਿੱਚ ਸੁਣਨ ਨੂੰ ਜ਼ਰੂਰ ਮਿਲੂਗੀ। ਸੋ ਬਿਲਕੁਲ ਦੋਸਤੋ, ਜੁੜੇ ਹੋਣ ਦੇਸੀ ਵਰਲਡ ਰੇਡੀਓ ਦੇ ਨਾਲ, ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਸਾਰੀ ਸਟਾਰਕਾਸਟ ਕੁਵੇਲਾ ਫਿਲਮ ਦੀ ਨਾਲ ਆਪਣੀ ਗੱਲਬਾਤ ਚੱਲ ਰਹੀ ਹੈ ਜੀ। ਸੋ ਲਾਈਨ ਦੇ ਉੱਤੇ ਨੇ ਆਪਣੇ ਨਾਲ ਮੌਜੂਦ, ਜਿਨ੍ਹਾਂ ਨੇ ਇਸ ਪੂਰੀ ਸਟੋਰੀ ਨੂੰ ਉਲੀਕਿਆ ਗਾ, ਡਾਇਰੈਕਟ ਕੀਤਾ ਗਾ, ਜਾਣੀ ਕਿ ਅਮਨਜੀਤ ਸਿੰਘ ਬਰਾੜ ਜੀ ਸਾਡੇ ਨਾਲ ਮੌਜੂਦ ਨੇ ਲਾਈਨ ਦੇ ਉੱਤੇ। ਤੇ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਆ ਜੀ, ਤੇ ਦੇਸੀ ਵਾਰੂੜੀ ਦੀ ਪੂਰੀ ਟੀਮ ਵੱਲੋਂ ਜੀ ਆਇਆਂ ਆਖਦੇ ਆ। ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਸਾਰੇ ਆਡੀਅੰਸ ਨੂੰ ਵੀ ਮੇਰੇ ਵੱਲੋਂ ਜੀ। ਤੇ ਸਰ ਗੱਲਬਾਤ ਕਰਨਾ ਚਾਹਾਂਗੇ ਮੂਵੀ ਬਾਰੇ, ਕੁਵੇਲਾ ਮੂਵੀ ਕਨਸੈਪਟ ਜਿਹੜਾ ਹੈ ਤੁਹਾਡੇ ਮਾਈਂਡ ਵਿੱਚ ਕਿੱਦਾਂ ਆਇਆ ਇਸ ਮੂਵੀ ਬਾਰੇ? ਜੀ ਮਤਲਬ ਇਹ ਕਨਸੈਪਟ ਅੱਜ ਦਾ ਨੀਗਾ, ਬਹੁਤ ਪੁਰਾਣਾ ਕਨਸੈਪਟ ਸੀਗਾ। ਜਿਵੇਂ ਆਪਾਂ ਮੈਂ ਅਕਸਰ ਇੱਥੇ ਵੀ ਗੱਲ ਕਰ ਰਿਹਾ ਸੀਗਾ ਪਹਿਲਾਂ, ਅਸੀਂ ਜੋ ਵੀ ਮਤਲਬ ਕੰਮ ਕਰਦੇ ਹਾਂ ਸਾਡੇ ਮਾਈਂਡ ਦੇ ਵਿੱਚ ਉਹੀ ਚੱਲਦਾ ਰਹਿੰਦਾ, ਉਹੀ ਕੰਮ ਦੇ ਬਾਰੇ ਅਸੀਂ ਜ਼ਿਆਦਾ ਸੋਚਦੇ ਹਾਂ। ਜਦੋਂ ਅਸੀਂ ਕਿਸੇ ਸਟੋਰੀ ਦੇ ਉੱਤੇ ਵਰਕ ਕਰ ਰਹੇ ਹੁੰਦੇ ਹਾਂ ਤਾਂ ਰੋਜ਼ ਨਵੇਂ ਨਵੇਂ ਆਈਡੀਆ ਵੀ ਮਾਈਂਡ ਚ ਆਉਂਦੇ ਰਹਿੰਦੇ ਆ ਨਾਲ ਨਾਲ। ਤਾਂ ਮੈਂ ਕੁਛ ਸਾਲ ਪਹਿਲਾਂ ਖੇਤ ਖੜਾ ਸੀਗਾ ਸ਼ਾਮ ਦੇ ਸਮੇਂ, ਤਾਂ ਮੈਂ ਕੁਛ ਖੇਤ ਦੇ ਵਿੱਚ ਇੱਕ ਗਾਰ ਦੇ ਵਿੱਚ ਕਿਸੇ ਜਾਨਵਰ ਦੇ ਪੰਜੇ ਦੇ ਨਿਸ਼ਾਨ ਦੇਖੇ ਸੀਗੇ ਉਦੋਂ, ਤੇ ਉਹ ਨਿਸ਼ਾਨ ਅੱਗੇ ਅੱਗੇ ਵੱਧ ਰਹੇ ਸੀ ਤੇ ਉਹਨਾਂ ਨੂੰ ਫੋਲੋ ਕਰਦਾ ਹੋਇਆ ਮੈਂ ਸ਼ਾਇਦ ਕੁਛ ਹੋਰ ਸੋਚਦਾ ਹੋਇਆ ਜਾ ਰਿਹਾ ਸੀ। ਸ਼ਾਮ ਦਾ ਵੇਲਾ ਸੀ, ਉਹ ਸੀਨ ਮੈਂ ਦੇਖਿਆ, ਚਲੋ ਉੱਥੋਂ ਅੱਗੇ ਲੰਘ ਗਿਆ, ਭੁੱਲ ਗਿਆ। ਪਰ ਕੁਛ ਦਿਨਾਂ ਬਾਅਦ ਸ਼ਾਇਦ ਉਹੀ ਇੱਕ ਚੀਜ਼ ਇੱਕ ਕਨਸੈਪਟ ਦੇ ਵਿੱਚ ਡਿਵੈਲਪ ਹੋ ਗਈ ਤੇ ਉਹ ਜੋ ਟਾਈਮ ਸੀ ਉਹੀ ਫਿਲਮ ਦਾ ਟਾਈਟਲ ਬਣ ਗਿਆ ਕੁਵੇਲਾ। ਤੇ ਫਿਰ ਫਿਲਮ ਦਾ ਮੈਂ ਜੋ ਪੋਸਟਰ ਫਸਟ ਟੀਜ਼ਰ ਪੋਸਟਰ ਲਾਂਚ ਕੀਤਾ ਦਸੰਬਰ ਦੇ ਵਿੱਚ, ਤਾਂ ਉਹ ਪੋਸਟਰ ਦੇ ਵਿੱਚ ਮੈਂ ਉਹੀ ਸੀਨ ਕ੍ਰੀਏਟ ਕੀਤਾ ਜਿੱਥੋਂ ਉਹ ਆਈਡੀਆ ਡਿਵੈਲਪ ਹੋਇਆ ਸੀਗਾ ਇੱਕ ਜਾਨਵਰ ਦੇ ਪੰਜਾਂ ਦੇ ਨਿਸ਼ਾਨ ਚਾਰੇ ਦੇ ਵਿੱਚ, ਤਾਂ ਉੱਥੋਂ ਇਹ ਕਨਸੈਪਟ ਡਿਵੈਲਪ ਹੋਇਆ ਜਿਹਨੇ ਹੌਲੀ ਹੌਲੀ ਇੱਕ ਵੱਡੀ ਸਟੋਰੀ ਦਾ ਰੂਪ ਲੈ ਲਿਆ ਬਾਅਦ ਦੇ ਵਿੱਚ। ਜੀ ਜੀ, ਜੇ ਮੈਂ ਗੱਲਬਾਤ ਕਰਨਾ ਚਾਹਾਂ ਪੋਸਟਰ ਦੀ ਗੱਲ ਤੁਸੀਂ ਕੀਤੀ ਹੈ, ਬੜਾ ਕ੍ਰੀਏਟਿਵ ਜਿਹੜਾ ਪੋਸਟਰ ਤੇ ਦਿਖਾਇਆ ਗਿਆ ਚੀਜ਼ ਨੂੰ, ਤਾਂ ਪੋਸਟਰ ਡਿਜ਼ਾਈਨ ਬਾਰੇ ਵੀ ਮੈਂ ਜ਼ਰੂਰ ਗੱਲਬਾਤ ਕਰਨਾ ਚਾਹੁੰਗਾ, ਕਿਹਨਾਂ ਨੇ ਡਿਜ਼ਾਈਨ ਕੀਤਾ ਪੋਸਟਰ, ਕਿਉਂਕਿ ਇੱਕ ਨਵੇਕਲਾ ਇੱਕ ਕਨਸੈਪਟ ਜਿਵੇਂ ਡਿਫਰੈਂਟ ਕਨਸੈਪਟ ਆ, ਪੋਸਟਰ ਦਾ ਕਨਸੈਪਟ ਬਿਲਕੁਲ ਡਿਫਰੈਂਟ ਹੈ, ਇਸ ਬਾਰੇ ਗੱਲਬਾਤ ਕਰਨਾ ਚਾਹਾਂਗੇ। ਜੀ ਜੀ ਸਰ, ਹਾਂ ਬਿਲਕੁਲ, ਮੈਂ ਮਤਲਬ ਜਦੋਂ ਅਸੀਂ ਫਿਲਮ ਸ਼ੂਟ ਕਰ ਰਹੇ ਸੀ ਨਾਲ ਨਾਲ ਸਾਡਾ ਇਹ ਵੀ ਸੀਗਾ ਕਿ ਕੈਂਪੇਨ ਦੇ ਵਾਂਗੂ ਫਿਲਮ ਲੈ ਕੇ ਜਾਵਾਂਗੇ, ਪ੍ਰਮੋਸ਼ਨ ਵੀ ਕੁਛ ਡਿਫਰੈਂਟ ਤਰੀਕੇ ਨਾਲ ਕਰਾਂਗੇ, ਤਾਂ ਅਸੀਂ ਟੀਜ਼ਰ ਟ੍ਰੇਲਰ ਦੀ ਜਗ੍ਹਾ ਟੀਜ਼ਰ ਪੋਸਟਰ ਤੋਂ ਸ਼ੁਰੂ ਕੀਤਾ। ਸ਼ਰਨ ਆਰਟਸ ਮੁਹਾਲੀ ਤੋਂ ਨੇ, ਉਹਨਾਂ ਨੇ ਮੇਰੇ ਨਾਲ ਬੈਠ ਕੇ ਆਈਡੀਆ ਡਿਸਕਸ ਕੀਤਾ, ਤਾਂ ਅਸੀਂ ਫਸਟ ਦੋ ਟੀਜ਼ਰ ਪੋਸਟਰ ਦੇ ਉੱਤੇ ਵਰਕ ਕੀਤਾ। ਉਸ ਤੋਂ ਬਾਅਦ ਅੰਕੁਰ ਪਾਤਰ ਜੀ,
ਬਹੁਤ ਵਧੀਆ ਇਲਸਟ੍ਰੇਟਰ ਨੇ, ਉਹਨਾਂ ਨੇ ਬਾਕੀ ਸਾਡੇ ਸਾਰੇ ਪੋਸਟਰ ਦੇ ਉੱਤੇ ਵਰਕ ਕੀਤਾ, ਤਾਂ ਹੌਲੀ ਹੌਲੀ ਅਸੀਂ ਪੋਸਟਰ ਦੇ ਥਰੂ ਫਿਲਮ ਨੂੰ ਰਿਵੀਲ ਕੀਤਾ। ਜਦੋਂ ਇੱਕ ਲੋਕਾਂ ਨੂੰ ਕੁਛ ਇੱਕ ਆਈਡੀਆ ਹੋਇਆ ਕਿ ਕੀ ਕੰਸੈਪਟ ਆ, ਫਿਰ ਅਸੀਂ ਟੀਜ਼ਰ ਦੇ ਉੱਤੇ ਆਏ ਤੇ ਫਿਰ ਟ੍ਰੇਲਰ ਦੇ ਉੱਤੇ ਵਰਕ ਕੀਤਾ ਮੂਵੀ ਦੇ। ਤੇ ਮੂਵੀ ਦੇ ਵਿੱਚ ਫਿਰ ਜਿਹੜੇ ਕਰੈਕਟਰ ਤੁਸੀਂ ਲੈ ਗਏ ਉਹਨਾਂ ਦੀ ਚੋਣ ਕਿਵੇਂ ਕੀਤੀ ਗਈ? ਇਹ ਮੂਵੀ ਦੇ ਵਿੱਚ ਕਰੈਕਟਰ ਅਸੀਂ ਸਾਨੂੰ ਇਹ ਚੀਜ਼ਾਂ ਜਿਸ ਤਰ੍ਹਾਂ ਦਾ ਕੰਸੈਪਟ ਆ, ਅਸੀਂ ਕਿਸੇ ਉਸੇ ਸਟਾਰ ਨੂੰ ਨਹੀਂ ਮਿਲਣਾ ਚਾਹੁੰਦੇ ਸੀ ਜਿਹਨੂੰ ਥੋੜਾ ਜਿਹਾ ਆਪਦੀ ਲੁੱਕ ਦੇ ਨਾਲ ਪਿਆਰ ਹੋਵੇ, ਨਹੀਂ ਹੋਣਾ ਚਾਹੀਦਾ ਬਿਲਕੁਲ ਹਰੇਕ ਆਰਟਿਸਟ ਨੂੰ, ਪਰ ਐਕਟ ਦੇ ਵੱਲ ਥੋੜਾ ਜ਼ਿਆਦਾ ਹੋਣਾ ਚਾਹੀਦਾ। ਇਸ ਲਈ ਅਸੀਂ ਪੰਜਾਬ ਦੇ ਥੀਏਟਰ ਆਰਟਿਸਟ ਨੂੰ ਅਪਰੋਚ ਕੀਤਾ ਜੋ ਬਹੁਤ ਵਧੀਆ ਆਰਟਿਸਟ ਸੀਗੇ, ਤਾਂ ਸਾਰੇ ਅਸੀਂ ਮੂਵੀ ਦੇ ਵਿੱਚ ਸਾਡੇ ਨਾਲ ਥੀਏਟਰ ਆਰਟਿਸਟ ਹੀ ਲਏ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਆਪਦਾ ਆਪਦਾ ਕਿਰਦਾਰ ਨਿਭਾਇਆ। ਓਕੇ, ਸੋ ਕਹਿਣ ਦਾ ਮਤਲਬ ਵੀ ਤੁਸੀਂ ਜਿਹੜੇ ਕਹਿ ਲਓ ਕਿ ਥੀਏਟਰ ਆਰਟਿਸਟ ਹੀ ਹੋਣ ਲਈ ਸਾਨੂੰ ਇਹਦੇ ਵਿੱਚ ਜਿਹੜੇ ਦਿਖਣ ਨੂੰ ਮਿਲਣਗੇ, ਤੇ ਕਨਸੈਪਟ ਦੇ ਨਾਲ ਨਾਲ ਜਿਵੇਂ ਜਿਹੜੀ ਸਟੋਰੀ ਜਿਹੜੀ ਹਟ ਕੇ ਫਿਲਮ ਦੀ, ਤੇ ਨਾਲ ਹੀ ਗੱਲਬਾਤ ਕਰੀਏ ਜਿਵੇਂ ਗੱਲਬਾਤ ਕਰ ਰਹੇ ਸੀ ਪਹਿਲਾਂ ਤੁਹਾਡੇ ਤੋਂ ਪਹਿਲਾਂ ਹਰਫ ਜੀ ਨਾਲ ਗੱਲਬਾਤ ਕਰ ਰਹੇ ਸੀ ਕਿ ਮੂਵੀ ਨੂੰ ਸ਼ੋਅ ਬਹੁਤ ਘੱਟ ਮਿਲੇ ਨੇ, ਕੀ ਇਹਦੀ ਵਜ੍ਹਾ ਹੋ ਸਕਦੀ ਹੈ ਕਿ ਫਿਲਮ ਦੇ ਵਿੱਚ ਨਾਮਵਰ ਕਲਾਕਾਰ ਨਹੀਂ ਹੈਗੇ? ਜੀ ਬਿਲਕੁਲ, ਇਹ ਚੀਜ਼ ਤਾਂ ਹੈ ਆਪਣੇ ਅਸਲ ਦੇ ਵਿੱਚ, ਇੰਡੀਆ ਦੇ ਵਿੱਚ ਦੇਖਿਆ ਜਾਵੇ ਤਾਂ ਅਸੀਂ ਇੱਕ ਫੇਸ ਵੈਲਿਊ ਹਮੇਸ਼ਾ ਮੈਟਰ ਕਰਦੀ ਹੈ, ਤੇ ਪਰ ਜਿਵੇਂ ਇਹ ਸਾਡੀ ਇੱਕ ਇੰਡੀਪੈਂਡੈਂਟ ਫਿਲਮ ਆ, ਪੰਜਾਬ ਦੀ ਪਹਿਲੀ ਇੰਡੀਪੈਂਡੈਂਟ ਫਿਲਮ ਅਸੀਂ ਬਣਾਉਣ ਦਾ ਇਨੀਸ਼ੀਏਟਿਵ ਲਿਆ ਹੈ, ਤਾਂ ਸਿਰਫ ਪੰਜਾਬ ਚ ਨਹੀਂ ਇੰਡੀਆ ਲੈਵਲ ਤੇ ਵੀ ਜਦੋਂ ਵੀ ਬਾਲੀਵੁੱਡ ਦੇ ਵਿੱਚ ਵੀ ਕੋਈ ਇੰਡੀਪੈਂਡੈਂਟ ਫਿਲਮ ਆਉਂਦੀ ਆ ਉਸ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਜਾਂਦੀ, ਕਿਉਂਕਿ ਸਾਰੀ ਦੀ ਸਾਰੀ ਇੰਡਸਟਰੀ ਬਿਜ਼ਨਸ ਦੇ ਉੱਤੇ ਖੜੀ ਆ, ਤਾਂ ਉਹ ਬਿਜ਼ਨਸ ਆ ਥੋੜਾ ਸੇਫ ਚੱਲਣਾ ਚਾਹੁੰਦਾ, ਤਾਂ ਇਸ ਲਈ ਹਮੇਸ਼ਾ ਇੰਡੀਪੈਂਡੈਂਟ ਫਿਲਮ ਨੂੰ ਸ਼ੋਅ ਘੱਟ ਹੀ ਮਿਲਦੇ ਆਏ ਆ, ਤਾਂ ਉਹ ਹੁਣ ਫਿਲਮ ਦੀ ਪਰਫਾਰਮੈਂਸ ਆ, ਜੇ ਉਹਦੀ ਪਰਫਾਰਮੈਂਸ ਚੰਗੀ ਆ ਤਾਂ ਜ਼ਰੂਰ ਉਸਦੇ ਸ਼ੋਅ ਵੱਧ ਸਕਦੇ ਆ, ਪਰ ਸਟਾਰ ਤਾਂ ਹਮੇਸ਼ਾ ਇੰਡੀਪੈਂਡੈਂਟ ਫਿਲਮ ਦਾ ਸਲੋਅ ਹੀ ਕੀਤਾ ਜਾਂਦਾ ਥੀਏਟਰ ਦੇ ਦੁਆਰਾ। ਜੀ ਜੀ, ਤੇ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਦਰਸ਼ਕਾਂ ਦੀ ਉਮੀਦਾਂ ਤੇ ਕਿੰਨੀ ਖਰੀ ਉਤਰੂਗੀ ਫਿਲਮ? ਇਸ ਦਾ ਮੈਂ ਨਹੀਂ ਕਹਿ ਸਕਦਾ ਕੁਛ, ਕਿਉਂਕਿ ਜਿਸ ਵਕਤ ਮੈਨੂੰ ਆਪਦੀ ਫਿਲਮ ਤੇ ਆਪਦੇ ਕੰਸੈਪਟ ਤੇ ਭਰੋਸਾ ਸੀ, ਸਾਡੀ ਟੀਮ ਨੂੰ ਭਰੋਸਾ ਸੀ, ਤਾਂ ਹੀ ਅਸੀਂ ਇਹ ਕੰਸੈਪਟ ਨੂੰ ਸ਼ੁਰੂ ਕੀਤਾ, ਤਾਂ ਹੀ ਅਸੀਂ ਇਸਨੂੰ ਪੂਰਾ ਕੀਤਾ ਤੇ ਇਸਨੂੰ ਲੋਕਾਂ ਦੇ ਕੋਲ ਲੈ ਕੇ ਆਏ, ਲੋਕਾਂ ਦੇ ਸਾਹਮਣੇ ਲੈ ਕੇ ਆਏ, ਤਾਂ ਸਾਨੂੰ ਇੰਨੀ ਉਮੀਦ ਹੈ ਕਿ ਲੋਕ ਇਹਨੂੰ ਦੇਖਣਗੇ ਤਾਂ ਇਹ ਨਹੀਂ ਕਹਿਣਗੇ ਕਿ ਕੁਛ ਗਲਤ ਦੇਖਿਆ। ਜੀ, ਮੈਂ ਟ੍ਰੇਲਰ ਚੈੱਕ ਕਰ ਰਿਹਾ ਜੀ ਤੁਹਾਡਾ ਯੂਟਿਊਬ ਉੱਤੇ, ਆਈ ਥਿੰਕ 19 ਲੱਖ ਪਲੱਸ ਜਿਹੜਾ ਹੈਗਾ ਲੋਕਾਂ ਨੇ ਜਿਹੜਾ ਟ੍ਰੇਲਰ ਨੂੰ ਦੇਖਿਆ ਹੈਗਾ, ਥੱਲੇ ਹਰੇਕ ਨੇ ਇਹੀ ਕਮੈਂਟ ਕੀਤਾ ਗਿਆ ਹੈਗਾ ਵੀ ਬਹੁਤ ਵਧੀਆ ਯੂਨੀਕ ਕਨਸੈਪਟ ਆ ਰਿਹਾ ਹੈਗਾ, ਮੈਨੂੰ ਲੱਗਦਾ ਕੋਈ ਨੈਗੇਟਿਵ ਕਮੈਂਟ ਮੈਨੂੰ ਦਿਸਿਆ ਨਹੀਂ ਹੋਣਾ ਹੈਗਾ, ਜਿੰਨੇ ਵੀ ਕਮੈਂਟ ਥੱਲੇ ਹੋਏ ਨੇ ਸਾਰਿਆਂ ਨੇ ਪੋਜ਼ਿਟਿਵ ਕਮੈਂਟ ਕੀਤਾ, ਸ਼ਾਇਦ ਹੋ ਸਕਦਾ ਕਿ ਜਿਹੜੇ ਯੂਥ ਅੱਜ ਦੀ ਜਿਹੜੀ ਪੀੜ੍ਹੀ ਆ ਉਹ ਵੀ ਚਾਹੁੰਦੀ ਹੋਵੇ ਕਿ ਕੁਛ ਵੱਖਰਾ ਕਨਸੈਪਟ ਦੇਖੀ, ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਜੀ ਫਿਲਮਾਂ ਦੇ ਵਿੱਚ ਰੋਮਾਂਸ ਹੁੰਦਾ ਹੈਗਾ, ਅਕਸਰ ਦੇਖਦੇ ਹਾਂ ਕਿ ਲੜਾਈ ਮਾਰਕੁੱਟ ਵਾਲੀਆਂ ਫਿਲਮਾਂ ਹੁੰਦੀਆਂ, ਪਰ ਇਹ ਸਭ ਤੋਂ ਹਟ ਕੇ ਫਿਲਮ ਜਿਹੜੀ ਕੁਵੇਲਾ ਜਿਹੜੀ ਸਟੋਰੀ ਤੁਸੀਂ ਜਿਹੜੀ ਟ੍ਰੇਲਰ ਦੇ ਵਿੱਚ ਥੋੜ੍ਹੀ ਜਿਹੀ ਦੇਖਦੇ ਹਾਂ ਆਪਾਂ ਵੀ ਕਨਸੈਪਟ ਬਿਲਕੁਲ ਯੂਨੀਕ ਤੇ ਨਵਾਂ ਜਿਹਾ ਹੋਊਗਾ। ਤੇ ਮੈਂ ਨਾਲ ਹੀ ਨਾਲ ਤੁਹਾਨੂੰ ਇਹ ਵੀ ਗੱਲਬਾਤ ਕਰਨਾ ਚਾਹਾਂਗਾ, ਹੁਣ ਤੱਕ ਦਾ ਜਿਹੜਾ ਜਿੰਨੇ ਵੀ ਤੁਸੀਂ ਆਰਟਿਸਟ ਲਾਏ ਜਿਹੜੇ ਥੀਏਟਰ ਆਰਟਿਸਟ ਲਾਏ, ਹੁਣ ਤੱਕ ਜਿਹੜਾ ਫਿਲਮ ਦੇ ਨਾਲ ਜਿਹੜਾ ਸਾਰੀ ਟੀਮ ਦਾ ਕਿੱਦਾਂ ਸਫ਼ਰ ਹੈ ਤੁਹਾਡਾ? ਪੂਰੀ ਟੀਮ ਦਾ ਜੀ ਬਹੁਤ ਵਧੀਆ ਰਿਹਾ, ਸਾਰੇ ਹੀ ਆਰਟਿਸਟ ਥੀਏਟਰ ਦੇ ਸੀਗੇ ਤਾਂ ਸਾਰਿਆਂ ਨੂੰ ਆਪਦੇ ਨਾਲ ਜ਼ਿਆਦਾ ਆਪਦੇ ਐਕਟ ਦੇ ਨਾਲ ਪਿਆਰ ਸੀਗਾ, ਹਰੇਕ ਨੇ ਆਪਦੇ ਆਪਦੇ ਕਰੈਕਟਰ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਖੁਦ ਦੇ ਨਾਲੋਂ, ਤੇ ਫਿਲਮ ਕੰਪਲੀਟ ਹੋਣ ਤੋਂ ਬਾਅਦ ਇਸ ਤਰ੍ਹਾਂ ਨਹੀਂ ਕਿ ਸਾਰੇ ਆਪਣਾ ਆਪਣਾ ਚੁੱਪ ਹੋ ਕੇ ਬੈਠ ਗਏ, ਹੁਣ ਤੱਕ ਹਰੇਕ ਆਰਟਿਸਟ ਫਿਲਮ ਦੇ ਲਈ ਕੰਮ ਕਰ ਰਿਹਾ ਹੈ, ਜਿਹੜੇ ਐਕਟਰ ਨੇ ਉਹ ਫਿਲਮ ਨੂੰ ਪ੍ਰਮੋਟ ਕਰ ਰਹੇ ਨੇ ਆਪਣੇ ਆਪਣੇ ਲੈਵਲ ਤੇ, ਹਰ ਬੰਦਾ ਸਪੋਰਟ ਕਰ ਰਿਹਾ, ਇੱਕ ਇੰਡੀਪੈਂਡੈਂਟ ਫਿਲਮ ਨਹੀਂ ਹੈ, ਬਹੁਤ ਵੱਡੀ ਚੀਜ਼ ਹੁੰਦੀ ਆ ਕਿ ਸਾਰੇ ਆਰਟਿਸਟ ਇੱਕ ਪਰਿਵਾਰ ਵਾਂਗੂ ਐਂਡ ਤੱਕ ਚੱਲਦੇ ਆ, ਤੇ ਅਸੀਂ ਸਾਨੂੰ ਖੁਸ਼ੀ ਹੈ ਕਿ ਸਾਡੀ ਫਿਲਮ ਦੇ ਵਿੱਚ ਵੀ ਸਾਰਿਆਂ ਨੇ ਓਦਾਂ ਹੀ ਸਾਥ ਦਿੱਤਾ। ਜੀ, ਤੇ ਦੁਆ ਕਰਦੇ ਆ ਰੱਬ ਅੱਗੇ ਹੀ ਕਿ ਤੁਹਾਡੀ ਜਿਹੜੀ ਮੂਵੀ ਆ ਸੁਪਰ ਡੁਪਰ ਹਿੱਟ ਜਾਵੇ ਤੇ ਜਿਹੜੇ ਦਰਸ਼ਕਾਂ ਨੂੰ ਸਭ ਨੂੰ ਪਸੰਦ ਆਵੇ, ਤੇ ਜਾਂਦੇ ਜਾਂਦੇ ਸਾਰੇ ਹੀ ਆਪਾਂ ਨੂੰ ਸੁਣ ਰਹੇ ਜੀ ਦਰਸ਼ਕਾਂ ਨੂੰ, ਲਿਸਨਰ ਨੂੰ ਤੁਸੀਂ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੋਗੇ? ਜੀ, ਮੈਸੇਜ ਮੈਂ ਇਹੀ ਦੇਣਾ ਚਾਹੂੰਗਾ ਕਿ ਸਾਡੀ ਫਿਲਮ ਦੇਖਣ ਜਾਓ ਤਾਂ ਸਾਨੂੰ ਬਹੁਤ ਖੁਸ਼ੀ ਹੋਊਗੀ, ਤੁਸੀਂ ਦੇਖੋਗੇ ਤੁਹਾਨੂੰ ਬਹੁਤ ਖੁਸ਼ੀ ਹੋਊਗੀ। ਹਾਂ, ਫਿਲਮ ਦੇ ਵਿੱਚ ਡਰ ਦਾ ਅਹਿਸਾਸ ਅਸੀਂ ਕੁਛ ਕਰਾਇਆ ਹੈ, ਡਰਾਮਾ ਹੈ, ਕ੍ਰਾਈਮ ਆ, ਥ੍ਰਿਲ ਆ, ਹੋਰਰ ਥੋੜਾ ਜਿਹਾ ਹੈ, ਪਰ ਤੁਹਾਡਾ ਇੰਟਰਟੇਨਮੈਂਟ ਹੀ ਹੋਊਗਾ, ਤੇ ਜੋ ਸਾਡੇ ਪੰਜਾਬ ਦੇ ਉੱਤੇ ਬੁਰਾ ਸਮਾਂ ਆਇਆ, ਹੁਣ ਆਇਆ, ਇਸ ਤੋਂ ਪਹਿਲਾਂ ਆਇਆ, ਉਹ ਸਭ ਇਸ ਕਹਾਣੀ ਦੇ ਨਾਲ ਜੁੜਿਆ, ਤਾਂ ਸ਼ਾਇਦ ਅਸੀਂ ਇਸ ਫਿਲਮ ਦੇ ਥਰੂ ਕਾਫੀ ਮੈਸੇਜ ਦੇਣ ਦੀ ਕੋਸ਼ਿਸ਼ ਵੀ ਕੀਤੀ ਆ, ਪਰ ਜਿਹੜੇ ਆਡੀਅੰਸ ਨੂੰ ਇੰਟਰਟੇਨਮੈਂਟ ਚਾਹੀਦਾ ਤਾਂ ਜ਼ਰੂਰ ਅਸੀਂ ਕੋਸ਼ਿਸ਼ ਕੀਤੀ ਆ ਕਿ ਉਹ ਵੀ ਭਰਪੂਰ ਦਿੱਤਾ ਜਾਵੇ, ਤਾਂ ਇਹੀ ਕਹੂੰਗਾ ਕਿ ਇੱਕ ਵਾਰੀ ਫਿਲਮ ਨੂੰ ਜ਼ਰੂਰ ਦੇਖੋ,
ਤੁਹਾਨੂੰ ਚੰਗਾ ਹੀ ਲੱਗੂਗਾ ਜੀ। ਤੇ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਬਾਕੀ ਦੋਸਤੋ ਮੂਵੀ ਰਿਲੀਜ਼ ਹੋ ਰਹੀ ਹੈ ਜੀ 21 ਅਪ੍ਰੈਲ ਨੂੰ, ਸੋ ਜ਼ਰੂਰ ਆਪਣੇ ਨੇੜੇ ਦੇ ਸਿਨੇਮਾ ਘਰਾਂ ਵਿੱਚ ਜਾ ਕੇ ਜ਼ਰੂਰ ਦੇਖਣੀ ਆ, ਆਪਣੇ ਰਿਵਿਊ ਜ਼ਰੂਰ ਦੇਣੇ ਆ। ਬਹੁਤ ਬਹੁਤ ਸ਼ੁਕਰੀਆ ਜਨਾਬ ਗੱਲਬਾਤ ਕਰਨ ਦੇ ਲਈ ਜੀ। ਥੈਂਕ ਯੂ ਸੋ ਮਚ। ਥੈਂਕ ਯੂ। ਸੋ ਦੋਸਤੋ ਇਹ ਸੀ ਮੂਵੀ ਦੇ ਡਾਇਰੈਕਟਰ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਜੀ, ਤੇ ਉਹਨਾਂ ਨੇ ਆਪਣੀ ਜ਼ਬਾਨੀ ਦੱਸਿਆ ਕਿ ਮੂਵੀ ਜਿਹੜੀ ਆ ਲੋਕਾਂ ਨੂੰ ਕਿੱਦਾਂ ਪਸੰਦ ਆਊਗੀ ਕਿੱਦਾਂ ਨਹੀਂ, ਹੈਨਾ, ਕਿਉਂਕਿ ਬਿਲਕੁਲ ਯੂਨੀਕ ਕਨਸੈਪਟ ਦੇ ਉੱਤੇ ਜਿਹੜੀ ਮੂਵੀ ਬਣੀ ਆ, ਤੇ ਉਮੀਦ ਇਹੀ ਕਰਦੇ ਆ ਕਿ ਮੂਵੀ ਬਹੁਤ ਵਧੀਆ ਹੋਊਗੀ। ਸੋ ਦੋਸਤੋ ਜ਼ਰੂਰ ਮੂਵੀ ਦੇਖਿਓ, ਕਿਉਂਕਿ ਹੋ ਸਕਦਾ ਕਿ ਇਹ ਮੂਵੀ ਇਤਿਹਾਸ ਬਦਲ ਕੇ ਰੱਖ ਦੇ। ਚਲੋ ਆਊਟ ਆਫ ਇੰਡੀਆ ਵਾਲੇ ਜਿਹੜੇ ਹੈਗੇ ਆ ਜੀ, ਕੋਈ ਗੱਲ ਨਹੀਂ, ਥੋੜੇ ਦਿਨਾਂ ਤੱਕ ਜਿਹੜੀ ਹੋ ਸਕਦੀ ਆ ਆਫੀਸ਼ਲੀ ਜਿਹੜੀ ਚੈਨਲ ਵੱਲੋਂ ਜਿਹੜੀ ਇਹਨਾਂ ਦੀ ਖੁਦ ਵੱਲੋਂ ਜਿਹੜੀ ਥੋੜੇ ਟਾਈਮ ਤੱਕ ਯੂਟਿਊਬ ਦੇ ਉੱਤੇ ਲਾਂਚ ਕਰ ਦਿੱਤੀ ਜਾਵੇ, ਪਰ ਜ਼ਰੂਰ ਮੈਂ ਮੂਵੀ ਦੇਖ ਕੇ ਆਊਂਗਾ ਤੇ ਤੁਹਾਨੂੰ ਇਸ ਮੂਵੀ ਦਾ ਰਿਵਿਊ ਜ਼ਰੂਰ ਦਊਂਗਾ ਕਿ ਮੂਵੀ ਦੇ ਵਿੱਚ ਮੂਵੀ ਦਾ ਜਿਹੜਾ ਕਨਸੈਪਟ ਕੀ ਸੀਗਾ, ਕਿੱਦਾਂ ਲੱਗੀ ਮੂਵੀ ਜ਼ਰੂਰ ਦੱਸੂਗਾ। ਬਾਕੀ ਜ਼ਰੂਰ ਤੁਸੀਂ 21 ਤਰੀਕ ਨੂੰ ਦੇਖਣਾ ਨਾ ਭੁੱਲਣਾ ਜੀ, ਜ਼ਰੂਰ ਦੇਖ ਕੇ ਆਉਣੀ ਆ ਮੂਵੀ ਕਵੇਲਾ। ਤੇ ਹੁਣ ਮੈਨੂੰ ਦਿਓ ਜੀ ਆ ਗਿਆ ਮੇਰੇ ਵੱਲੋਂ ਜਾਣਕੀ ਤੁਹਾਡੇ ਆਪਣੇ ਹੋਸਟ ਐਂਡ ਦੋਸਤ ਹਰਮਨਜੋਤ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਿਲਾਂਗੇ ਅਗਲੀ ਵਾਰੀ ਕਿਸੇ ਨਵੇਂ ਆਰਟਿਸਟ ਨਾਲ, ਕਿਸੇ ਨਵੀਂ ਮੂਵੀ ਦੇ ਨਾਲ, ਤੇ ਸੁਣਦੇ ਰਹੋ ਤੇ ਜੁੜੇ ਰਹੋ ਆਪਣੇ ਦੇਸੀ ਵਰਲਡ ਰੇਡੀਓ ਦੇ ਨਾਲ ਦੋਸਤੋ।